ਹਾਂਜੀ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਅਨ ਅਕੈਡਮੀ ਦੇ ਲੈਟਸ ਕ੍ਰੈਕ ਪੰਜਾਬ ਐਗਜ਼ਾਮ YouTube ਚੈਨਲ ਉੱਪਰ ਤੇ ਅੱਜ ਆਪਾਂ ਨੇ ਕਰਨੀ ਹੈ ਵੀ 14 ਅਗਸਤ ਦੇ ਕਰੰਟ ਅਫੇਅਰ ਤੇ ਇੱਕ ਵਾਰ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਸੈਸ਼ਨ ਨੂੰ ਸ਼ੇਅਰ ਕਰ ਦਿਓ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਰਦੇ ਆਂ ਕਲਾਸ ਨੂੰ ਸਟਾਰਟ ਬਸ ਸ਼ੇਅਰ ਕਰ ਦਿਓ ਠੀਕ ਹੈ ਇੱਕ ਵਾਰ ਮੈਂ ਵੀ ਕਲਾਸ ਨੂੰ ਸ਼ੇਅਰ ਕਰਦਾ ਹਨਾ ਆਕੀ ਜੋ ਵੀ ਬੱਚੇ ਨਵੇਂ ਹੈਗੇ ਆਂ ਜੀ ਚੈਨਲ ਦੇ ਉੱਤੇ ਅੱਜ ਹੈਗਿਆ 14 ਅਗਸਤ 14 ਅਗਸਤ ਨੂੰ ਅੱਜ ਆਪਾਂ ਪੜ੍ਹਾਂਗੇ 14 ਅਗਸਤ ਦੇ ਕਰੰਟ ਅਫੇਅਰ ਤੇ ਟਾਈਮ ਦਾ ਜਿਹੜਾ ਇਸ਼ੂ ਸੀਗਾ ਰਿਜ਼ੋਲਵ ਹੋ ਚੁੱਕਿਆ ਹੁਣ ਆਪਾਂ ਨੇ ਇੱਕ ਫਿਕਸ ਟਾਈਮ ਕਰ ਲਿਆ ਤੇ ਅੱਜ ਵਾਲਾ ਹੀ ਰਹੇਗਾ ਠੀਕ ਹੈ ਪਹਿਲਾਂ ਜਸ 6:30 ਕਰਕੇ ਦੇਖਿਆ ਸੀਗਾ ਬਟ ਸਿਸਟਮ ਸੈੱਟ ਨਹੀਂ ਹੋਇਆ ਲੇਟ ਹੋ ਗਏ ਤੁਸੀਂ ਅੱਜ ਜੀ ਨਹੀਂ ਪਹਿਲਾਂ 7 ਹੀ ਹੁੰਦਾ ਸੀਗਾ ਤੇ ਵਿੱਚ 6:30 ਕਰਿਆ ਇੱਕ ਦੋ ਦਿਨ ਪਰ ਫਿਲਹਾਲ ਖੱਟੇ ਹੀ ਰੱਖਾਂਗੇ ਆਪਰ ਠੀਕ ਹੈ ਹਾਂਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਰਾਮ ਰਾਮ ਜੀ ਚਲੋ ਫਿਰ ਆਜੋ ਸਾਰੇ ਇੱਕ ਵਾਰ ਸ਼ੇਅਰ ਕਰ ਦਿਓ ਭਾਈ ਠੀਕ ਹੈ ਮੈਂ ਵੀ ਇੱਕ ਵਾਰ ਸ਼ੇਅਰ ਕਰਦਾ ਬਸ ਫਿਰ ਆਪਾਂ ਕਲਾਸ ਨੂੰ ਸਟਾਰਟ ਕਰਦੇ ਹਾਂ ਠੀਕ ਹੈ ओके चलो भाई चलो ठीक है ਪਰ ਕਲਾਸ ਸ਼ੇਅਰ ਕਰ ਦੋ ਸਾਰੇ ਸੈਸ਼ਨ ਨੂੰ ਸ਼ੇਅਰ ਠੀਕ ਹੈ ਆ ਜਾਣਗੇ ਸਾਰੇ ਸਟੂਡੈਂਟ ਤੇ ਪੇਪਰ ਕਿਹੋ ਜਿਹਾ ਚੱਲ ਰਿਹਾ ਜੀ ਤੁਹਾਡੇ ਸਾਰਿਆਂ ਦੇ ਡੇਲੀ ਦੇ ਕਰੰਟ ਅਫੇਅਰ ਆਪਾਂ ਨੇ ਕਦੇ ਵੀ ਮਿਸ ਨਹੀਂ ਕਰਨੇ ਇਹ ਗੱਲ ਯਾਦ ਰੱਖਿਓ ਠੀਕ ਹੈ ਜੀ। ਓਹ ਹੋ ਹੋ ਅੱਤ ਗਗਨ ਆਫਰੀ ਸਾਹਿਬ ਵੀ ਆਏ ਆ। ਜੈ ਹਿੰਦ ਜੈ ਹਿੰਦ ਗਗਨ ਆਫਰੀ ਜੀ। ਟ੍ਰੇਨਿੰਗ ਕਿਤਾ ਚੱਲਦੀ ਹੈ। ਸਿਵਰਾਜ ਸਿੰਘ ਗੁਜਰਾਵਾਲਾ ਤੋਂ। ਸਲਾਮ ਸਰ। ਸਲਾਮ ਜੀ ਸਲਾਮ। ਚਲੋ ਬਈ ਫੜਾਫੜ ਕਰ ਦੋ ਸ਼ੇਰ ਆ ਜਾਣਗੇ ਸਾਰੇ ਠੀਕ ਹੈ 1 ਮਿੰਟ ਪੇਪਰ ਦਾ ਨਾ ਪੁੱਛੋ ਜੀ ਪੇਪਰ ਦਾ ਬਹੁਤ ਹਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਫਿਲੋਰ ਦਾ ਕੀਲਾ ਕੀਨੇ ਬਣਵਾਇਆ ਸੀਗਾ ਜੀ ਫਿਲੌਰ ਬੇਸਿਕਲੀ ਇੱਕ ਪਹਿਲਾ ਸਰਾਈ ਸੀਗੀ ਜਿਹੜੀ ਸਹਾਜਾਂ ਦੇ ਟਾਈਮ ਚ ਬਣੀ ਸੀਗੀ ਬਾਅਦ ਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਇਆ ਫਿਰ ਉਸ ਨੂੰ ਬਹੁਤ ਬੜੇ ਲੈਵਲ ਤੇ ਕਿਲਾ ਜਿਹੜਾ ਉਹ ਬਣਾਇਆ ਗਿਆ ਬਾਅਦ ਚ ਅੰਗਰੇਜ਼ਾਂ ਦੇ ਕੋਲ ਚਲੇ ਗਿਆ ਫਿਲੌਰ ਦਾ ਕਿਲਾ ਫਿਰ ਉਹਨਾਂ ਨੇ ਆਪਣਾ ਥੋੜੇ ਟਾਈਮ ਕਿਲਾ ਰੱਖਿਆ ਬਾਅਦ ਚ ਟ੍ਰੇਨਿੰਗ ਸੈਂਟਰ ਉਹਨਾਂ ਨੇ ਬਣਾਇਆ ਠੀਕ ਹੈ ਇਹ ਸੀਗਾ ਸਾਰਾ ਕੰਮ ਆਈ ਹੋਪ ਸਮਝ ਗਏ ਹੋਣੇ ਜੀ ਤੁਸੀਂ ਠੀਕ ਹੈ ਚਲੋ ਫਿਰ ਕਰਦੇ ਹਾਂ ਸਟਾਰਟ ਬਾਈ ਜਿਹੜੇ ਵੀ ਨਵੇਂ ਸਟੂਡੈਂਟ ਹੈਗੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਾਈ ਠੀਕ ਹੈ ਤੇ ਡੇਲੀ ਦਾ ਟਾਈਮ ਆਪਾਂ ਨੇ ਫਿਕਸ ਕਰ ਲਿਆ ਹੁਣ 7 ਵਜੇ ਹੀ ਰਹੇਗਾ ਬਸ ਓਕੇ ਤਾਂ ਜੀ ਕੱਲ ਸੀ ਕਿ 13 ਅਗਸਤ ਠੀਕ ਹੈ ਕੱਲ 13 ਅਗਸਤ ਨੂੰ ਫੇਮਸ ਐਕਟਰਸ ਬਾਲੀਵੁੱਡ ਦੀ ਸ਼੍ਰੀ ਦੇਵੀ ਉਹਨਾਂ ਦਾ ਬਰਥਡੇ ਸੀਗਾ 60ਵਾਂ ਬਰਥਡੇ ਮਤਲਬ ਗੂਗਲ ਨੇ ਇਸ ਨੂੰ ਗੂਗਲ ਟੂਡਲ ਬਣਾ ਕੇ ਸਮਰਪਿਤ ਕਰਿਆ ਇਹ ਹੁੰਦਾ Google Doodle ਜਦੋਂ ਤੁਸੀਂ ਕੋਈ ਕਿਸੇ ਨੂੰ Google ਕੁਝ ਸਮਰਪਿਤ ਕਰਦਾ ਜਾਂ ਕੁਝ ਕੁਝ ਯਾਦ ਦੇ ਵਿੱਚ ਹੈ ਨਾ ਐਦਾਂ ਆਪਣਾ ਲੋਗੋ ਚੇਂਜ ਕਰ ਲੈਂਦਾ ਇਹਨੂੰ ਆਪਾਂ Google Doodle ਬੋਲਦੇ ਆਂ ਕੀ ਬੋਲਦੇ ਆਂ ਇਹਨੂੰ ਆਪਾਂ Google Doodle ਬੋਲਦੇ ਆਂ ਠੀਕ ਹੈ ਇੱਕ ਦਿਨ ਵਾਸਤੇ ਉਹ ਲੋਗੋ ਆਪਣਾ ਚੇਂਜ ਕਰਕੇ ਐਦਾਂ ਦਾ ਬਣਾਉਂਦੇ ਆਂ ਤੇ ਇਸ Google Doodle ਨੂੰ ਕੋਈ ਨਾ ਕੋਈ ਆਰਟਿਸਟ ਹੁੰਦਾ ਹੈ ਜਿਹੜਾ ਕਿ ਡਿਜ਼ਾਈਨ ਕਰਦਾ ਹੈ ਠੀਕ ਹੈ ਤਾਂ ਇਸ ਨੂੰ ਕਿਹਨੇ ਡਿਜ਼ਾਈਨ ਕਰਿਆ ਭੂਮਿਕਾ ਮੁਖਰਜੀ ਇਹ ਮੁੰਬਈ ਦਾ ਹੈਗਾ ਆਰਟਿਸਟ ਠੀਕ ਹੈ ਮੁੰਬਈ ਦਾ ਆਰਟਿਸਟ ਹੈ ਮੁੰਬਈ ਠੀਕ ਹੈ ਭੂਮਿਕਾ ਆਰਟਿਸਟ ਐ ਮਤਲਬ ਕੁੜੀ ਹੈ ਹੈਨਾ ਭੂਮਿਕਾ ਮੁਖਰਜੀ ਕਿਸ ਨੇ ਇਸ ਨੂੰ ਡਿਜ਼ਾਈਨ ਕਰਿਆ ਕਿਉਂਕਿ ਕੱਲ ਸੀਗਾ ਸ਼੍ਰੀ ਦੇਵੀ ਦਾ ਬਰਥਡੇ ਠੀਕ ਹੈ ਸਮਝਿਓ ਗੱਲ ਹਾਂਜੀ 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 ਠੀਕ ਹੈ ਵੀਡੀਓ ਦੇ ਪਟਵਾਰੀ ਦੇ ਨਵੇਂ ਬੈਚ ਇਹ ਮੈਂ ਬਾਅਦ ਚ ਗੱਲ ਕਰੂੰਗਾ ਜੀ ਫਿਲਹਾਲ ਆਪਾਂ ਐਦਾਂ ਦੇਖਦੇ ਹਾਂ ਤੁਸੀਂ ਦੇਖਿਆ ਹੋਣਾ ਤੁਸੀਂ ਗੱਲ ਸਾਰਿਆਂ ਨੇ ਹੈਨਾ ਗੂਗਲ ਦੇ ਉੱਤੇ ਠੀਕ ਹੈ ਵੈਸੇ ਸ਼੍ਰੀ ਦੇਵੀ ਦਾ ਅਸਲੀ ਨਾਂ ਕੀ ਸੀਗਾ ਸ਼੍ਰੀ ਦੇਵੀ ਦਾ ਅਸਲੀ ਨਾਂ ਪਤਾ ਕਿਸੇ ਨੂੰ ਰੀਦੇਵੀ ਦਾ ਅਸਲੀ ਨਾਮ ਸੀਗਾ ਜੀ ਸ਼ਰੀ ਨੰਨਾ ਯੇਂਗਰ ਆਯੱਪਨ ਠੀਕ ਹੈ ਆਯੱਪਨ ਇਹ ਸੀਗਾ ਤਾਮਿਲ ਨਾਡੂ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ ਇਹਨਾਂ ਦੀ ਪਹਿਲੀ ਮੂਵੀ ਵੀ ਤਾਮਿਲ ਹੀ ਸੀਗੀ ਹਿੰਦੀ ਨਹੀਂ ਸੀ ਠੀਕ ਹੈ ਇਹਨਾਂ ਦੀ ਪਹਿਲੀ ਮੂਵੀ ਵੀ ਤਾਮਿਲ ਸੀਗੀ 4 ਸਾਲ ਦੀ ਇਹ ਚ ਇਹਨਾਂ ਨੇ ਡੈਬਿਊ ਕਰਿਆ ਸੀਗਾ ਉੱਥੇ ਤੇ ਹਿੰਦੀ ਪਹਿਲੀ ਮੂਵੀ ਕਿਹੜੀ ਸੀਗੀ ਰਾਨੀ ਮੇਰਾ ਨਾਮ ਹਿੰਦੀ ਪਹਿਲੀ ਮੂਵੀ ਕਿਹੜੀ ਸੀਗੀ ਰਾਨੀ ਮੇਰਾ ਨਾਮ ਇਹ ਪਹਿਲੀ ਮੂਵੀ ਸੀਗੀ ਹਿੰਦੀ ਜੇ ਆਪਾਂ ਗੱਲ ਕਰੀਏ ਠੀਕ ਹੈ ਹਿੰਦੀ ਮੂਵੀ ਤੇ ਸਭ ਤੋਂ ਪਹਿਲੀ ਮੂਵੀ ਇਹਨਾਂ ਦੀ ਤਾਮਿਲ ਸੀਗੀ ਉਹ ਵੀ ਚਲੋ ਨਾਮ ਯਾਦ ਰੱਖ ਸਕਦੇ ਹੋ ਤੁਸੀਂ ਜਿਹਦੇ ਵਿੱਚ ਛੋਟੀ ਜੀ 4 ਉਮਰ 4 ਸਾਲ ਦੀ ਉਮਰ ਸੀਗੀ ਜਿਹਦੇ ਵਿੱਚ ਇਹਨਾਂ ਨੇ ਡੈਬਿਊ ਕਰ ਆਪਣਾ ਕੰਧਨ ਕਰੁਨਾਈ ਗੰਧਨ ਕਰੋ ਨਹੀਂ ਇਹ ਤਾਮਿਲ ਮੂਵੀ ਸੀ ਕਿ 4 ਸਾਲ ਦੀ ਉਮਰ ਜੀ ਨੇ ਇੱਥੇ ਡੈਬਿਊ ਕਰਿਆ ਆਪਣਾ ਠੀਕ ਹੈ ਇਹ ਯਾਦ ਰੱਖਣਾ ਓਕੇ ਚਲੋ ਨੈਕਸਟ ਆਓ ਜੀ ਪੁਰਸਾਂ ਦੀ ਏਸ਼ੀਅਨ ਹਾਕੀ ਚੈਂਪੀਅਨ ਟਰੋਫੀ 2023 ਨੇ ਜਿੱਤੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਪੁਰਸਾਂ ਦੀ ਏਸ਼ੀਅਨ ਹਾਕੀ ਚੈਂਪੀਅਨ ਟਰੋਫੀ 2023 ਕਿਨੇ ਜਿੱਤੀ ਹੈ ਆਫਕੋਰਸ ਇਹ ਭਈ ਆਪਣੇ ਇੰਡੀਆ ਨੇ ਜਿੱਤੀ ਹੈ ਫਾਈਨਲ ਦੇ ਵਿੱਚ ਆਪਾਂ ਨੇ ਕਿਹਨੂੰ ਹਰਾਇਆ ਮਲੇਸ਼ੀਆ ਨੂੰ ਹਰਾਇਆ ਇਹ ਗੱਲ ਯਾਦ ਰੱਖਣੀ ਹੈ ਕਿਉਂਕਿ ਜਦ ਟੀਸੀਆਈਸ ਹੁੰਦਾ ਹੈ ਉਹ ਇਸ ਤਰ੍ਹਾਂ ਦੇ ਕੁਐਸਚਨ ਜ਼ਰੂਰ ਪੁੱਛ ਲੈਂਦਾ ਹੈ ਕਿ ਉਪਜੇਤੂ ਕੌਣ ਰਿਹਾ ਸੀਗਾ ਜਾਂ ਫਾਈਨਲ ਦੇ ਵਿੱਚ ਇੰਡੀਆ ਨੇ ਕਿਹਨੂੰ ਹਰਾਇਆ ਠੀਕ ਹੈ ਇਹ ਸੈਕੰਡ ਰੈਂਕ ਤੇ ਕੌਣ ਰਿਹਾ ਮਲੇਸ਼ੀਆ ਤੀਜੇ ਤੇ ਰਿਹਾ ਜਾਪਾਨ ਓਕੇ ਇਹ ਯਾਦ ਰੱਖਣਾ ਏਸ਼ੀਅਨ ਹਾਕੀ ਚੈਂਪੀਅਨਸ ਟਰੋਫੀ ਜਿਹੜੀ ਕਿ ਚੇਨਈ ਦੇ ਵਿੱਚ ਚੱਲ ਰਹੀ ਸੀ ਇਹਦੇ ਬਾਰੇ ਆਪਾਂ ਹੋਰ ਜ਼ਿਆਦਾ ਡਿਟੇਲ ਚ ਕੁਐਸਚਨ ਦੇਖਦੇ ਆ ਆ ਜਾਂਦੇ ਆ ਠੀਕ ਹੈ ਜੀ ਤਾਂ ਏਸ਼ੀਅਨ ਹਾਕੀ ਚੈਂਪੀਅਨਸ ਟਰੋ ਕਿੱਥੇ ਹੋਈ ਹੈ ਚੇਨਈ ਇੰਡੀਆ ਦੇ ਵਿੱਚ ਹੋਈ ਹੈ ਤੇ ਉੱਥੇ ਵੀ ਸਟੇਡੀਅਮ ਕਿਹੜਾ ਸਟੇਡੀਅਮ ਦਾ ਵੀ ਨਾਮ ਇਸ ਬਾਅਦ ਨੇ ਚਲੋ ਆਪਾਂ ਨੂੰ ਇੱਕ ਯਾਦ ਹੋ ਜਾਏਗਾ ਮੇਅਰ ਰਾਧਾ ਕ੍ਰਿਸ਼ਨਨ ਸਟੇਡੀਅਮ ਕਿਹੜਾ ਮੇਅਰ ਰਾਧਾ ਕ੍ਰਿਸ਼ਨਨ ਸਟੇਡੀਅਮ ਇੱਥੇ ਵੈਨਿਊ ਸੀਗਾ ਜੀ ਇੱਥੇ ਹੋਈ ਹੈ ਠੀਕ ਹੈ ਟੋਟਲ 6 ਟੀਮਾਂ ਨੇ ਭਾਗ ਲਿਆ ਕਿੰਨੀ ਟੀਮਾਂ ਨੇ ਭਾਗ ਲਿਆ 6 ਟੀਮਾਂ ਨੇ ਦੇਖੋ ਤੇ ਨਾ ਤਾਂ ਵੀ ਕਲੀਅਰ ਹੈ ਏਸ਼ੀਅਨ ਯਾਨੀ ਏਸ਼ੀਆ ਦੀ ਹਾਕੀ ਦੀ ਟੀਮਾਂ ਨੇ ਭਾਗ ਲਿਆ ਤੇ ਇਹਦਾ ਸਪான்ਸਰ ਕੋਣ ਹੈ ਹੀਰੋ ਹੈ ਕੋਣ ਹੈ ਹੀਰੋ ਇਸ ਕਰਕੇ ਇਹਨੂੰ ਆਪਾਂ ਹੀਰੋ ਏਸ਼ੀਅਨ ਚੈਂਪੀਅਨ ਟਰਾਫੀ ਵੀ ਬੋਲ ਸਕਦੇ ਆ ਕੀ ਬੋਲ ਸਕਦੇ ਆ ਹੀਰੋ ਏਸ਼ੀਅਨ ਚੈਂਪੀਅਨ ਟਰਾਫੀ ਤਾਂ ਜਿੱਤਿਆ ਕੋਣ ਹੈ ਇੰਡੀਆ ਜਿੱਤਿਆ ਇੱਥੇ ਮੈਂ ਤੁਹਾਨੂੰ ਦੱਸਦਾ ਵੀ ਜਿੱਤਿਆ ਕੋਣ ਹੈ ਇੰਡੀਆ ਫਾਈਨਲ ਦੇ ਵਿੱਚ ਕਿਹਨੂੰ ਹਰਾਇਆ ਮਲੇਸ਼ੀਆ ਨੂੰ ਹਰਾਇਆ ਤੀਜੇ ਨੰਬਰ ਤੇ ਕੋਣ ਰਿਹਾ ਹੈ ਜਾਪਾਨ ਤਿੰਨੇ ਰੈਂਕ ਆਪਾਂ ਨੇ ਯਾਦ ਰੱਖਣੇ ਆ ਹੁਣ ਆਪਾਂ ਕੁਝ ਦੇਖਦੇ ਆ ਵੀ ਟੌਪ ਸਕੋਰਰ ਕੋਣ ਰਿਹਾ ਸਭ ਤੋਂ ਜ਼ਿਆਦਾ ਟੌਪ ਮਤਲਬ ਸਭ ਤੋਂ ਜ਼ਿਆਦਾ ਗੋਲ ਕਿਨੇ ਕਰੇ ਆ ਤਾਂ ਉਹ ਕਰੇ ਆ ਜੀ ਹਰਮਨਪ੍ਰੀਤ ਸਿੰਘ ਨੇ ਨੋ ਗੋਲ ਕਰੇ ਆ ਇੰਡੀਅਨ ਟੀਮ ਦਾ ਪਲੇਅਰ ਆ ਬੈਸਟ ਪਲੇਅਰ ਦਾ ਅਵਾਰਡ ਕਿਹਨੂੰ ਮਿਲਿਆ ਮਨਦੀਪ ਸਿੰਘ ਨੂੰ ਮਿਲਿਆ ਇੰਡੀਆ ਦੇ ਬੈਸਟ ਯੰਗ ਪਲੇਅਰ ਬੈਸਟ ਯੰਗ ਪਲੇਅਰ ਨੂੰ ਕਿਹਨੂੰ ਮਿਲਿਆ ਜੀ ਅਵਾਰਡ ਅਬਦੁਲ ਸਾਹਿਦ ਨੂੰ ਮਿਲਿਆ ਇਹ ਪਾਕਿਸਤਾਨ ਦਾ ਹੈ ਠੀਕ ਹੈ ਤੇ ਬੈਸਟ ਗੋਲ ਕੀਪਰ ਦਾ ਅਵਾਰਡ ਕਿਹਨੂੰ ਮਿਲਿਆ ਐਮੀਲੀਆ ਕੀਮ ਜਾਈ ਹਿਓਨ ਨੂੰ ਇਹ ਸਾਊਥ ਕੋਰੀਆ ਦਾ ਹੈ ਕਿੱਥੋਂ ਦਾ ਹੈ ਸਾਊਥ ਕੋਰੀਆ ਦਾ ਤਾਂ ਇਹ ਕੁਝ ਗੱਲਾਂ ਯਾਦ ਰੱਖਣੀਆਂ ਬਾਕੀ ਇਹ ਜਿਹੜੀ ਏਸ਼ੀਅਨ ਬਾਕੀ ਜਿਹੜੀ ਇਹ ਏਸ਼ੀਅਨ ਚੈਂਪੀਅਨ ਟਰੋਫੀ ਹੈ ਇਹ 2011 ਚ ਸਟਾਰਟ ਹੋਈ ਸੀ ਕਦੋਂ 2011 ਚ ਤੇ ਪਹਿਲਾ ਟਾਈਟਲ ਕਿਹਨੇ ਜਿੱਤਿਆ ਸੀਗਾ ਫਰਸਟ ਫਰਸਟ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਕਿਹਨੇ ਜਿੱਤੀ ਸੀ ਉਹ ਵੀ ਇੰਡੀਆ ਨੇ ਹੀ ਜਿੱਤੀ ਸੀ ਬਈ ਉਹ ਵੀ ਇੰਡੀਆ ਨੇ ਤੇ ਸਭ ਤੋਂ ਵੱਧ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਕਿਹਨੇ ਜਿੱਤੀਆਂ ਉਹ ਵੀ ਇੰਡੀਆ ਨੇ ਹੀ ਜਿੱਤੀਆਂ 4 ਬਾਰ 4 ਬਾਰ ਆਪਾਂ ਜਿੱਤ ਚੁੱਕੀਆਂ ਪਹਿਲੀ ਵੀ ਆਪਾਂ ਜਿੱਤੀ ਸੀ ਹੁਣ 2023 ਚ ਲੇਟੈਸਟ ਹੋਈ ਹੈ ਉਹ ਵੀ ਆਪਾਂ ਨੇ ਜਿੱਤੀ ਹੈ ਇੰਡੀਆ ਤੋਂ ਬਾਅਦ ਪਾਕਿਸਤਾਨ ਹੈ ਜਿਹਨੇ 3 ਵਾਰ ਜਿੱਤੀ ਹੈ ਓਕੇ ਸਮਝੇ ਗੱਲ ਕਿ ਨਹੀਂ ਸਮਝੇ ਬਈ ਓਕੇ ਤਾਂ ਇਹ ਕੁਝ ਗੱਲਾਂ ਜਿਹੜੀ ਯਾਦ ਰੱਖਣੀ ਹੈ ਨਾ ਕਿ ਕੁਝ ਵੀ ਪੁੱਛਿਆ ਜਾ ਸਕਦਾ ਹੈ ਕੁਝ ਵੀ ਮਤਲਬ ਕੁਝ ਵੀ ਇਹ ਸਾਰਾ ਸਾਰੇ ਦੀ ਸਾਰੀ ਸਲਾਈਡ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਈਵਨ ਤੁਸੀਂ ਆਪਣੀ ਹਾਕੀ ਟੀਮ ਦਾ ਕੋਚ ਵੀ ਯਾਦ ਰੱਖੋ ਆਪਣੀ ਹਾਕੀ ਟੀਮ ਦਾ ਕੋਚ ਵੀ ਯਾਦ ਰੱਖੋ ਠੀਕ ਹੈ ਕਰਿਗ ਫੁਲਟਨ ਇਹ ਸਾਊਥ ਅਫਰੀਕਾ ਦਾ ਪਲੇਅਰ ਸੀਗਾ ਇੱਕ ਮਿੰਟ ਮੈਂ ਲਿਖਦਾ ਫਿਰ हट ਜੂਗਾ ਅੱਗੇ ਤੋਂ ਇਹ ਯਾਦ ਰੱਖ ਲਓ ਇਹ ਆਪਣੀ ਹਾਕੀ ਟੀਮ ਦਾ ਕੋਚ ਹੈ ਬਈ ਇਹਦਾ ਨਾਮ ਯਾਦ ਰੱਖ ਲਓ ਬੰਦੇ ਦਾ ਕੀ ਨਾਮ ਹੈ ਇਹਦਾ ਕਰਿਗ ਕਰਿਗ ਫੁਲਟਨ ਇਹ ਸਾਊਥ ਅਫਰੀਕਾ ਦਾ ਹੈਗਾ ਪਲੇਅਰ ਅਫੀਸ਼ਲ ਮਤਲਬ ਹੁਣ ਆਪਣੀ ਟੀਮ ਦਾ ਕੀ ਹੈ ਕੋਚ ਹੈ ਇਹ ਗੱਲ ਯਾਦ ਰੱਖਣੀ ਹੈ ਸਮਝੇ ਗੱਲ ਕਿ ਨਹੀਂ ਸਮਝੇ ਤੇ ਆਪਣੀ ਹਾਕੀ ਟੀਮ ਜਿਹੜੀ ਹੈਗੀ ਹੈ ਉਸ ਨੂੰ ਜਾਂ ਆਪਣੇ ਆਪਣੇ ਇੰਡੀਆ ਦੇ ਵਿੱਚ ਹਾਕੀ ਨੂੰ ਕੌਣ ਮੈਨੇਜ ਕਰਦਾ ਜਿਵੇਂ ਕ੍ਰਿਕਟ ਹੈ ਕ੍ਰਿਕਟ ਨੂੰ ਆਪਾਂ ਨੂੰ ਪਤਾ ਵੀ ਬੀਬੀਸੀਸੀਆਈ ਮੈਨੇਜ ਕਰਦਾ ਹੈ ਹਾਕੀ ਨੂੰ ਕੌਣ ਮੈਨੇਜ ਕਰਦਾ ਆਪਣੇ ਇੰਡੀਆ ਦੇ ਵਿੱਚ ਤਾਂ ਇੱਕ ਸੰਸਥਾ ਹੈਗੀ ਹੈ ਜੀ ਜਿਹੜੀ 2009 ਚ ਬਣਾਈ ਗਈ ਸੀ ਆ ਉਹ ਸੰਸਥਾ ਦਾ ਨਾਮ ਹੈਗਾ ਹਾਕੀ ਇੰਡੀਆ ਹਾਕੀ ਇੰਡੀਆ ਇਹ ਸੰਸਥਾ ਹੈਗੀ ਹੈ 2009 ਚ ਬਣਾਈ ਗਈ ਸੀ ਹਾਕੀ ਇੰਡੀਆ ਇਹ 2009 ਚ ਬਣਾਈ ਗਈ ਇਹ ਸੰਸਥਾ ਪੂਰੇ ਇੰਡੀਆ ਚ ਹਾਕੀ ਨੂੰ ਮੈਨੇਜ ਕਰਦੀ ਹੈ ਅੰਡਰਸਟੈਂਡ ਜਿਵੇਂ ক্রিকেট ਨੂੰ ਬੀਸੀਸੀਆਈ ਮੈਨੇਜ ਕਰਦਾ ਹੈ ਇਸ ਦਾ ਪ੍ਰੈਜ਼ੀਡੈਂਟ ਕੌਣ ਹੈ ਇਸ ਦਾ ਪ੍ਰੈਜ਼ੀਡੈਂਟ ਕੌਣ ਹੈ ਭਾਈ ਇਸ ਦਾ ਪ੍ਰੈਜ਼ੀਡੈਂਟ ਹੈਗਾ ਦਿਲੀਪ ਤੁਰਕੀ ਦਿਲੀਪ ਤੁਰਕੀ ਦਿਲੀਪ ਤੁਰਕੀ ਠੀਕ ਹੈ ਡਨ ਨਹੀਂ 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 ਹਾਕੀ ਫੈਡਰੇਸ਼ਨ ਆਫ ਇੰਡੀਆ ਨਹੀਂ ਆਏਗਾ ਨਹੀਂ ਆਏਗਾ ਨਹੀਂ ਆਏਗਾ ਹੌਕੀ ਫੈਡਰੇਸ਼ਨ ਆਫ ਇੰਡੀਆ ਰੱਦ ਕਰਦੀ ਗਈ ਸੀ ਸਸਪੈਂਡ ਕਰਦੀ ਗਈ ਸੀ ਠੀਕ ਹੈ ਹੁਣ ਉਹਦੀ ਥਾਂ ਤੇ ਬਾਅਦ ਚ ਕੀ ਬਣੀਆ ਹੌਕੀ ਇੰਡੀਆ ਆਪਣੇ ਆਪ ਨੂੰ ਕੌਰੈਕਟ ਕਰੋ ਸਾਰੇ ਸੁਨੀਲ ਜੀ ਯੋਗਰਾਜ ਠੀਕ ਹੈ ਹੌਕੀ ਫੈਡਰੇਸ਼ਨ ਆਫ ਇੰਡੀਆ ਸਸਪੈਂਡ ਕਰਦੀ ਗਈ ਸੀ ਖਤਮ ਕਰਦੀ ਗਈ ਸੀ ਹੁਣ ਹੌਕੀ ਇੰਡੀਆ ਓਕੇ ਤੇ ਦਿਲੀਪ ਪਟੜਕੀ ਉਸਦਾ ਪ੍ਰੈਜ਼ੀਡੈਂਟ ਹੈ ਸਮਝੀ ਗੱਲ ਸਾਰੇ ਦੇ ਸਾਰੇ ਹਾਂ ਹੌਕੀ ਫੈਡਰੇਸ਼ਨ ਆਫ ਇੰਡੀਆ ਨਹੀਂ ਹੈ ਠੀਕ ਹੈ ਚਲੋ ਇਹ ਕੁਝ ਪੁਆਇੰਟ ਹੈ ਜਿਹੜੇ ਆਪਾਂ ਨੇ ਯਾਦ ਰੱਖਣੇ ਹੀ ਰੱਖਣੇ ਆ ਹਰ ਹਾਲਾਤ ਦੇ ਵਿੱਚ ਠੀਕ ਹੈ ਓਕੇ ਅੱਛਾ ਇਹਦਾ ਮੇਲ ਆਪਣੀ ਮੇਲ ਜਿਹੜੀ ਟੀਮ ਹੈ ਆਪਣੀ ਹੌਕੀ ਦੀ ਉਹਦਾ ਕੋਆ ਹੈ ਕੋਚ ਠੀਕ ਹੈ ਕਰੀ ਗੇ ਫੁੱਲ ਟਾਈਮ ਕੁੜੀਆਂ ਵਾਲੀ ਦਾ ਤੁਸੀਂ ਆਪ ਨੋਟ ਕਰਿਓ ਕੋਨਾ ਕੁੜੀਆਂ ਦੀ वूमेन ਟੀਮ ਦਾ ਹਨਾ ਲਿਓ ਜੀ ਮੌਈ ਟਾਪੂ ਹੈ ਜਿਹੜਾ ਅਮਰੀਕਾ ਦੇ ਕਿਸ ਰਾਜ ਵਿੱਚ ਸਥਿਤ ਹੈ ਇਹਦਾ ਮੈਂ ਆਨਸਰ ਦੇਖਣਾ ਚਾਹੂੰਗਾ ਦੱਸੋ ਮਾਊਟ ਆਪੂ ਹੈ ਜਿਹੜਾ ਉਹ ਕਿੱਥੇ ਹੈ ਬਹੁਤ ਇੰਪੋਰਟੈਂਟ ਹੈ ਭਾਈ ਇਸ ਬਾਰੇ ਯਾਦ ਰੱਖਣਾ ਹਾਂਜੀ ਹਾਂਜੀ ਮਿਸਟਰ ਵਿਸਾਲ ਜੀ RAM RAM ਜੀ ਗੁੱਡ ਮਾਰਨਿੰਗ ਜੀ ਨਵ ਨਵਨੂਰ ਕੌਰ ਜੀ ਦੱਸੋ ਭਾਈ ਕੋਈ ਤਾਂ ਦੱਸੋ ਟੈਕਸਸ ਅ ਬਸ ਇੱਕ ਦਾ ਟੈਕਸਸ ਹੈਗਾ ਹੁਣ ਸਾਰਿਆਂ ਦਾ ਟੈਕਸਸ ਆਊਗਾ ਲੈਣ ਦਿਓ ਇਹਦਾ ਮਤਲਬ ਤੁਹਾਨੂੰ ਨਹੀਂ ਸੁਣਿਆ ਤੁਸੀਂ ਇਹਨੂੰ ਤੁੱਕਾ ਹੀ ਮਾਰਿਆ ਤੁਸੀਂ ਸਾਰਿਆਂ ਨੇ ਇਹ ਹੈਗਾ ਜੀ ਹਵਾਈ ਟਾਪੂ ਦੇ ਉੱਤੇ ਇਹ ਜਿਹੜਾ ਟਾਪੂ ਹੈ ਮੌਵੀ ਟਾਪੂ ਅਮਰੀਕਾ ਦੀ ਇੱਕ ਸਟੇਟ ਹੈਗੀ ਹੈ ਹਵਾਈ ਜਿਹੜੀ ਕਿ ਖੁਦ ਵੀ ਟਾਪੂ ਹੀ ਹੈ ਠੀਕ ਹੈ ਉੱਥੇ ਸਥਿਤ ਹੈ ਠੀਕ ਹੈ ਤੇ ਹਵਾਈ ਕਿੱਥੇ ਹੈ ਹਵਾਈ ਹੈਗਾ ਜੀ ਪ੍ਰਸ਼ਾਂਤ ਮਹਾਸਾਗਰ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਪੈਸੀਫਿਕ ਓਸ਼ੀਅਨ ਦੁਨੀਆ ਦਾ ਸਭ ਤੋਂ ਵੱਡਾ ਮਹਾਸਾਗਰ ਹੈ ਪ੍ਰਸ਼ਾਂਤ ਮਹਾਸਾਗਰ ਉਹਦੇ ਵਿੱਚ ਹੈ ਠੀਕ ਹੈ ਹਵਾਈ ਟਾਪੂ ਤੇ ਉਹ ਹਵਾਈ ਟਾਪੂਆਂ ਦੇ ਵਿੱਚ ਹੀ ਮੌਵੀ ਟਾਪੂ ਹੈਗਾ ਆ ਠੀਕ ਹੈ ਇਹ ਨਿਊਜ਼ ਦੇ ਵਿੱਚ ਕਿਉਂ ਹੈ ਕਿਉਂ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਕਿਉਂਕਿ ਇੱਥੇ ਲੱਗੀ ਹੋਈ ਆ ਬਹੁਤ ਜ਼ਿਆਦਾ ਅੱਗ ਜੰਗਲਾਂ ਦੇ ਵਿੱਚ ਠੀਕ ਹੈ ਅਮਰੀਕਾ ਦਾ ਹਵਾਈ ਪ੍ਰਾਂਤ ਹੈ ਜਿਹੜਾ ਹਵਾਈ ਸਟੇਟ ਹੈ ਉਹਦਾ ਟਾਪੂ ਹੈਗਾ ਜੀ ਮਾਈ ਟਾਪੂ ਉੱਥੇ ਅੱਗ ਲੱਗੀ ਹੋਈ ਆ ਬਹੁਤ ਜ਼ਿਆਦਾ ਇਹ ਤੁਸੀਂ ਸੁਣਿਆ ਹੋਣਾ ਠੀਕ ਹੈ ਬਹੁਤ ਜ਼ਿਆਦਾ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਹੋਇਆ ਤਾਂ ਇਹ ਸਾਰੀ ਜਿਹੜੀ ਭਿਆਨਕ ਤਸਵੀਰ ਹੈ ਨਾ ਇਹ ਉੱਥੋਂ ਦੀ ਹੀ ਹੈਗੀਆਂ ਸਾਰੀ ਠੀਕ ਹੈ ਕਿੰਨੇ ਬੰਦੇ ਮਰੇ ਕੀ ਹੋਇਆ ਉਹ ਕੁਝ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ ਜਸਟ ਇਹ ਨਿਊਜ਼ ਦੇ ਵਿੱਚ ਆਇਆ ਕਿ ਹਾਂ ਉੱਥੇ ਅੱਗ ਲੱਗੀ ਹੋਈ ਹੈ ਤਾਂ ਕਈ ਵਾਰ ਕੀ ਹੁੰਦਾ ਸਟੈਟਿਕ ਜੀਕੇ ਦੇ ਰੂਪ ਦੇ ਵਿੱਚ ਜਾਂ ਤੁਹਾਨੂੰ ਜੀਓਗ੍ਰਾਫੀ ਕੁਝ ਵੀ ਤੁਹਾਨੂੰ ਪੁੱਛ ਸਕਦੇ ਆ ਵੀ ਇਹ ਕਿੱਥੇ ਆ ਠੀਕ ਹੈ ਠੀਕ ਹੈ ਬਈ ਚਲੋ ਨੈਕਸਟ ਆਓ ਨੈਕਸਟ ਕੀ ਹੈ ਦੇਖੋ ਖੇਲੋ ਇੰਡੀਆ ਖੇਲੋ ਇੰਡੀਆ ਜੂਨੀਅਰ ਮਹਿਲਾ ਹਾਕੀ ਲੀਗ ਖੇਲੋ ਇੰਡੀਆ ਜੂਨੀਅਰ ਮਹਿਲਾ ਹਾਕੀ ਲੀਗ ਦਾ ਤੀਜਾ ਐਡੀਸ਼ਨ ਯਾਨੀ ਇਹ ਗੇਮ ਤੀਜੀ ਵਾਰ ਹੋ ਰਹੀ ਹੈ ਜੀ ਤੇ ਕੱਲ ਯਾਨੀ ਕਿ ਕੱਲ ਹੋ ਗਿਆ ਮੇਜਰ ਅੱਜ ਮਤਲਬ ਕੱਲ ਕੱਲ ਆਏਗਾ ਇੱਥੇ ਜਾਂ ਕੋਈ ਚੱਕਰ ਨਹੀਂ ਤੀਜਾ ਐਡੀਸ਼ਨ ਦੀ ਸ਼ੁਰੂਆਤ ਹੋਈ ਹੈ ਕਿੱਥੋਂ ਮੇਜਰ ਧਿਆਨ ਚੰਦ ਸਟੇਡੀਅਮ ਨਵੀਂ ਦਿੱਲੀ ਤੋਂ ਸ਼ੁਰੂ ਹੋ ਗਈ ਹੈ ਬਸ ਸਫਲਤਾਪੂਰਵਕ ਸ਼ੁਰੂਆਤ ਕੀਤੀ ਗਈ ਤਾਂ ਇਹ ਕੱਲ ਦਾ ਕੱਲ ਦੀ ਨਿਊਜ਼ ਹੈ ਕਿ ਮੇਜਰ ਧਿਆਨ ਚੰਦ ਸਟੇਡੀਅਮ ਹੈਗਾ ਜਿਹੜਾ ਕਿੱਥੇ ਹੈ ਮੇਜਰ ਧਿਆਨ ਚੰਦ ਸਟੇਡੀਅਮ ਨਵੀਂ ਦਿੱਲੀ ਇੱਥੋਂ ਖੇਲੋ ਇੰਡੀਆ ਜੂਨੀਅਰ ਮਹਿਲਾ ਹਾਕੀ ਲੀਗ ਦਾ 3rd ਐਡੀਸ਼ਨ ਹੈ ਜਿਹੜਾ ਉਹ ਸ਼ੁਰੂ ਹੋਇਆ ਯਾਦ ਰੱਖਣਾ 3rd ਐਡੀਸ਼ਨ ਤਾਂ ਫਿਲਹਾਲ ਤਾਂ ਚੱਲੇ ਕੌਣ ਜਿੱਤੇਗਾ ਫਿਰ ਬਾਅਦ ਚ ਆਪੇ ਦੁਬਾਰੇ ਲਿਖਾਂਗੇ ਠੀਕ ਹੈ ਨੇ ਕਿਹੜੀ ਟੀਮ ਜਿੱਤੀ ਹੈ ਇਸ ਬਾਰੇ ਫੁੱਲ ਐਕਸਪਲੇਨੇਸ਼ਨ ਕਰ ਦਿਓ ਕਿਸ ਬਾਰੇ ਜੀ ਅੱਗ ਲੱਗੀ ਹੈ ਬਸ ਇੰਨੇ ਯਾਦ ਰੱਖਣਾ ਹੈ ਉੱਥੇ ਅੱਗ ਲੱਗੀ ਹੋਈ ਹੈ ਉਹ ਜਗ੍ਹਾ ਯਾਦ ਰੱਖਣੀ ਹੈ ਬਸ ਤੁਹਾਨੂੰ ਜਗ੍ਹਾ ਪੁੱਛੀ ਜਾ ਸਕਦੀ ਹੈ ਹੋਰ ਕੀ ਹੈ ਉਹ ਥੋੜੀ ਆਪਾਂ ਨੇ ਯਾਦ ਰੱਖਣਾ ਹੈ ਵੀ ਕਿੰਨੀ ਅੱਗ ਲਾਈ ਹੈ ਕਿੰਨੇ ਬੰਦੇ ਮਰ ਗਏ ਕਿੰਨੀ ਕਾਰਾਂ ਫੁੱਗੀਆਂ ਕਿੰਨੇ ਕਰੋੜ ਦਾ ਨੁਕਸਾਨ ਹੋ ਗਿਆ ਉਹ ਥੋੜੀ ਪੁੱਛੇ ਜਾਂਦੇ ਪੇਪਰ 'ਚ ਫਿਲਹਾਲ ਜਗ੍ਹਾ ਯਾਦ ਰੱਖੋ ਤੁਸੀਂ ਜੇ ਮੈਨੂੰ ਲੱਗਿਆ ਵੀ ਹਾਂ ਕੁਝ ਹੋਰ ਇੰਪੋਰਟੈਂਟ ਵੀ ਹੈਗਾ ਤਾਂ ਉਹ ਜ਼ਰੂਰ ਕਰਾਂਗੇ ਆਪਾਂ ਠੀਕ ਹੈ ਸਮਝ ਗਈ ਗੱਲ ਬਈ ਚਲੋ ਨੈਕਸਟ ਆਓ ਜੀ ਇੱਕ ਬੁੱਕ ਹੈਗੀ ਹੈ ਜਿਹੜੀ ਲੇਟੈਸਟ ਨਿਊਜ਼ ਦੇ ਵਿੱਚ ਹੈ ਬੁੱਕ ਦਾ ਨਾਮ ਕੀ ਹੈ ਮੌਨਸੂਨ A POEM OF LOVE ਐਂਡ ਲੋੰਗਿੰਗ ਇਹ ਕਿਨੇ ਲਿਖਿਆ ਤਾਂ ਇੱਕ ਡਿਪਲੋਮੈਟ ਹੈਗੇ ਆ ਠੀਕ ਹੈ ਜੀ ਅਭੇ ਕੁਮਾਰ ਅਭੇ ਕੁਮਾਰ ਯਾ ਇਨਦਰ ਪੈਨੋਨੇਮ ਕੀ ਹੈ ਅਭੇ ਕੇ ਅਭੇ ਕੇ ਇਹਨਾਂ ਦੁਆਰਾ ਲਿਖੀ ਗਈ ਹੈ ਇੱਕ ਠੀਕ ਹੈ ਯਾਦ ਰੱਖਣਾ ਤੇ ਇਹਨਾਂ ਦੀ ਪਹਿਲਾਂ ਵੀ ਬਹੁਤ ਜੀ ਕਿਤਾਬਾਂ ਹੈਗੀਆਂ ਤੇ ਕੁਝ ਕਿਤਾਬਾਂ ਇਹਨਾਂ ਦੀ ਆਉਣ ਵਾਲੀ ਵੀ ਹੈਗੀਆਂ ਬਟ ਫਿਲਹਾਲ ਨਿਊਜ਼ ਦੇ ਵਿੱਚ ਕਿਹੜੀਆਂ ਮੌਨਸੂਨ ਤਾਂ ਯਾਦ ਰੱਖਣਾ ਜਿਹੜੀ ਕਿਤਾਬ ਨਿਊਜ਼ 'ਚ ਹੁੰਦੀ ਹੈ ਜਿਹੜੀ ਨਵੀਂ ਆਈ ਹੁੰਦੀ ਹੈ ਉਹਦੇ ਤੇ ਕੁਐਸਚਨ ਬਹੁਤ ਆਉਂਦੇ ਆ ਤਾਂ ਯਾਦ ਰੱਖਣਾ ਕਿਹਨੇ ਲਿਖੀ ਹੈ ਅਭੇ ਕੁਮਾਰ ਨੇ ਬਹੁਤ ਜੀ ਬੁੱਕ ਦਾ ਹੀ ਟ੍ਰਾਂਸਲੇਸ਼ਨ ਵੀ ਕਰਦੇ ਆ ਜਿਵੇਂ ਜਿਵੇਂ ਆਪਾਂ ਪੜ੍ਹਦੇ ਆ ਨਾ ਕਾਲੀਦਾਸ ਦੀ ਲਿਖੀ ਹੋਈ ਹੈ ਮੇਘਦੂਤ ਕਿਤਾਬ ਕਾਲੀਦਾਸ ਦੀ ਕਿਹੜੀ ਕਿਤਾਬ ਲਿਖੀ ਹੋਈ ਹੈ ਮੇਘਦੂਤ ਤਾਂ ਉਹਨੂੰ ਟ੍ਰਾਂਸਲੇਟ ਕਰਿਆ ਹੋਇਆ ਜੀ ਇਹਨਾਂ ਨੇ ਇੱਕ ਆਪਣਾ ਕਾਲੀਦਾਸ ਉਹਦਾ ਵੀ ਟ੍ਰਾਂਸਲੇਸ਼ਨ ਕਰਿਆ ਹੋਇਆ ਬਹੁਤ ਜੀ ਪ੍ਰਾਣੀ ਬੁੱਕਸ ਦਾ ਵੀ ਇਹਨਾਂ ਨੇ ਟ੍ਰਾਂਸਲੇਸ਼ਨ ਕਰਿਆ ਹੋਇਆ ਹੈ ਇਹ ਯਾਦ ਰੱਖਣ ਠੀਕ ਹੈ ਹਾਂਜੀ ਮੇਜਰ ਧਿਆਨ ਚੰਦ ਦਾ ਬਰਥਡੇ ਹੁੰਦਾ ਹੈ 29 ਅਗਸਤ ਸਪੋਰਟਸ ਡੇ ਮਨਾਇਆ ਜਾਂਦਾ ਹੈ ਉਹਨਾਂ ਦੇ ਨਾਂ ਤੋਂ ਆਪਣਾ ਜਿਹੜਾ ਸਭ ਤੋਂ ਵੱਡਾ ਅਵਾਰਡ ਹੈਗਾ ਜੀ ਮੇਜਰ ਧਿਆਨ ਚੰਦ ਖੇਲ ਰਤਨ ਉਹ ਦਿਆ ਜਾਂਦਾ ਹੈ ਮੇਜਰ ਧਿਆਨ ਚੰਦ ਖੇਲ ਰਤਨ ਜਿਹੜਾ ਸਭ ਤੋਂ ਪਹਿਲਾਂ ਵਿਸ਼ਵਨਾਥ ਆਨੰਦ ਨੂੰ ਮਿਲਿਆ ਸੀਗਾ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਮਹਿਲਾ ਹੈਗੀ ਆ ਕਰਨਾਮਲੇਸ਼ਵਰੀ ਨੂੰ ਮਿਲਿਆ ਸੀਗਾ ਠੀਕ ਹੈ ਚਲੋ ਬਹੁਤ ਇਦਾਂ ਦਾ ਨਾ ਮਤਲਬ ਆਪਾਂ ਲਿੰਕ ਕਰਦੇ ਜੀ ਇਹ ਕਰਦੇ ਜੀ ਖਤਮ ਹੀ ਨਹੀਂ ਹੋ ਸਕਦੀ ਜੀ ਕੇ ਜੀ ਕਿਹਦੀ ਕੋਈ ਲਿਮਟ ਹੀ ਨਹੀਂ ਹੈਗੀ ਤੁਹਾਨੂੰ ਪਤਾ ਤਾਂ ਹੈ ਤੇ ਜੀ ਇੰਡੀਅਨ ਫਿਲਮ ਫੈਸਟੀਵਲ ਜਿਹੜਾ ਮੈਲਬਨ ਚ ਹੋ ਚੁੱਕਿਆ ਠੀਕ ਹੈ ਉਹਦੇ ਵਿੱਚ ਵੈਸੇ ਤਾਂ ਬਹੁਤ ਅਵਾਰਡ ਦੇ ਗਈਆਂ ਨੇ ਤੇ ਮੈਂ ਸੋਚ ਰਿਹਾ ਕਿ 15 ਮਿੰਟ ਦੀ 10 ਮਿੰਟ ਦੀ ਇੱਕ ਅਲੱਗ ਤੋਂ ਹੀ ਵੀਡੀਓ ਬਣਾ ਦੂੰਗਾ ਇੱਥੇ ਕਿਹੜੀ ਕਿਹੜੀ ਮੂਵੀ ਨੂੰ ਕਿਹੜੇ ਕਿਹੜੇ ਹੀਰੋ ਹੀਰੋਇਨ ਨੂੰ ਜੋ ਵੀ ਹੈ ਨਾ ਸਾਰਿਆਂ ਨੂੰ ਅਵਾਰਡ ਮਿਲਿਆ ਬਟ ਫਿਲਹਾਲ ਮੈਂ ਦੋ ਹੀ ਇੱਥੇ ਰੱਖੇ ਨੇ ਪਹਿਲਾ ਕਿਹੜਾ ਹੈ ਜੀ ਬੈਸਟ ਪਰਫਾਰਮੈਂਸ ਇਨ ਫਿਲਮ ਮੂਵੀ ਦੇ ਵਿੱਚ ਬੈਸਟ ਪਰਫਾਰਮੈਂਸ ਵਾਸਤੇ ਮੇਲ ਕੈਟਾਗਰੀ ਦੇ ਵਿੱਚ ਅਵਾਰਡ ਕਿਹਨੂੰ ਮਿਲਿਆ ਇਹ ਮਿਲੇ ਜੀ ਮੋਹਿਤ ਅਗਰਵਾਲ ਮੋਹਿਤ ਅਗਰਵਾਲ ਨੈਟਕ ਸਰਚ ਵੀ ਕਰੋਗੇ ਨਾ ਪ੍ਰੋਪਰ ਫੋਟੋ ਵੀ ਨਹੀਂ ਮਿਲਦੀ ਬੰਦੇ ਦੀ ਇਹ ਹੀਰੋ ਹੈਗਾ ਇਸ ਮੂਵੀ ਦਾ ਆਗਰਾ ਠੀਕ ਹੈ ਤਾਂ ਯਾਦ ਰੱਖਣਾ ਸਮਝੇ ਤੇ ਸੇਮ ਬੈਸਟ ਪਰਫਾਰਮੈਂਸ ਇਨ ਫਿਲਮ ਫੀਮੇਲ ਦੀ ਕੈਟਾਗਰੀ ਦੇ ਵਿੱਚ ਕਿਹਨੂੰ ਇਹ ਅਵਾਰਡ ਮਿਲਿਆ ਇਹ ਮਿਲਿਆ ਜੀ ਰਾਣੀ ਮੁਖਰਜੀ ਨੂੰ ਤਾਂ ਇਹਨੂੰ ਤਾਂ ਤੁਸੀਂ ਸਾਰੇ ਖੈਰ ਜਾਣਦੇ ਹੀ ਹੋਣੇ ਕਿਹੜੀ ਮੂਵੀ ਹੈ ਇਹ ਹੈਗੀ ਹੈ ਜੀ ਮੂਵੀ ਚਟਰਜੀ ਵਰਸਸ ਨਾਰਵੇ ਅ ਵੀ ਚਟਰ ਚਟਰਜੀ ਵਰਸਸ ਨਾਰਵੇ ਇਹ ਮੂਵੀ ਹੈਗੀ ਹੈ ਇਸ ਮੂਵੀ ਵਾਸਤੇ ਇਹਨਾਂ ਨੂੰ ਇਹ ਅਵਾਰਡ ਮਿਲਿਆ ਬੈਸਟ ਪਰਫਾਰਮੈਂਸ ਇਨ ਫਿਲਮ ਇਹ ਫੀਮੇਲ ਕੈਟਾਗਰੀ ਦੇ ਵਿੱਚ ਰਾਣੀ ਮੁਖਰਜੀ ਯਾਦ ਰੱਖ ਲਿਓ ਤੇ ਮੇਲ ਕੈਟਾਗਰੀ ਦੇ ਵਿੱਚ ਮੋਹਿਤ ਅਗਰਵਾਲ ਬਾਕੀ ਹੋਰ ਵੀ ਅਵਾਰਡ ਮਿਲੇ ਆ ਇੱਥੇ ਪਰ ਉਹ ਮੈਂ ਸੋਚ ਰਿਹਾ ਕਿ ਤੁਹਾਨੂੰ ਇੱਕ 10-15 ਮਿੰਟ ਦੀ ਇੱਕ ਅਲੱਗ ਤੋਂ ਹੀ ਵੀਡੀਓ ਕਰਾ ਦੂੰ ਇਸ ਬਾਰੇ ਠੀਕ ਹੈ ਸਮਝੇ ਮੋਹਿਤ ਨੂੰ ਮੇਲ ਕੈਟਾਗਰੀ ਮੋਹਿਤ ਅਗਰਵਾਲ ਨੂੰ ਤੇ ਰਾਣੀ ਮੁਖਰਜੀ ਨੂੰ ਫੀਮੇਲ ਕੈਟਾਗਰੀ ਦੇ ਵਿੱਚ डन ਬਈ ਪੱਕਾ ਚਲੋ ਫਿਰ ਨੈਕਸਟ ਆਓ ਐਮਸੀਕੀਯੂ 4 ਅੱਛਾ ਆ ਗਏ ਆਪਾਂ ਐਨਜੀਟੀ ਨੇ 오ਡੀਸ਼ਾ ਸਰਕਾਰ ਨੂੰ 오ਡੀਸ਼ਾ ਦੀ ਕਿਹੜੀ ਝੀਲ ਦੇ ਨੇੜੇ ਗੈਰ ਕਾਨੂੰਨੀ ਉਸਾਰੀ ਇਲੀਗਲ ਕੰਸਟਰਕਸ਼ਨ ਜਿਹੜਾ ਹੁੰਦਾ ਉਹਨੂੰ ਰੋਕਣ ਦਾ ਆਰਡਰ ਦੇ ਆ ਐਨਜੀਟੀ ਨੇ ਠੀਕ ਹੈ ਪਹਿਲੀ ਗੱਲ ਐਨਜੀਟੀ ਹੈਗਾ ਕੀ ਚੀਜ਼ ਹੈ ਜਿੰਨਾ ਬੱਚਿਆਂ ਨੂੰ ਨਹੀਂ ਪਤਾ ਬਈ ਐਨਜੀਟੀ ਦਾ ਮਤਲਬ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹਰਿਤ ਪ੍ਰਾਧਿਕਰਨ ਰਾਸ਼ਟਰੀ ਹਰਿਤ ਪ੍ਰਾਧਿਕਰਨ ਮਤਲਬ ਇੱਕ ਤਰ੍ਹਾਂ ਦਾ ਟ੍ਰਿਬਿਊਨਲ ਹੈ ਜਿਹੜਾ ਕਿ এনਵਾਇਰਨਮੈਂਟ ਦੇ ਜਿਹੜੇ ਮਸਲੇ ਹੁੰਦੇ ਆ ਅਪੀਲਾਂ ਹੁੰਦੀਆਂ ਠੀਕ ਹੈ ਨਾ ਕੋਈ ਵੀ ਵਿਵਾਦ ਹੈ ਕੁਝ ਵੀ ਹੈ ਉਹ ਇਸ ਸੁਲਝਾਂਦਾ ਠੀਕ ਹੈ ਆਰਡਰ ਵੀ ਦੇ ਦਿੰਦਾ ਜਿਵੇਂ ਇਹਨੇ ਇਹ ਆਰਡਰ ਹੀ ਦਿਆ NGT ਕੋਈ ਇਹ ਨਹੀਂ ਕਿ ਹਾਂ ਕੋਈ ਪ੍ਰਾਈਵੇਟ ਸੰਸਥਾ ਹੈ ਬਿਲਕੁਲ ਇਹ ਸਰਕਾਰੀ ਸੰਸਥਾ ਸੈਚੂਟਰੀ ਬਾਡੀ ਹੈ ਸੈਚੂਟਰੀ ਬਾਡੀ ਯਾਨੀ ਪਾਰਲੀਮੈਂਟ ਨੇ ਐਕਟ ਪਾਸ ਕਰਕੇ ਬਣਾਈ ਹੈ ਸੈਚੂਟਰੀ ਬਾਡੀ ਹੈ 2010 ਚ ਐਕਟ ਆਇਆ ਸੀਗਾ ਐਨਜੀਟੀ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ 2010 ਉਸ ਤੋਂ ਬਾਅਦ ਬਣੀ ਹੈ ਸੈਚੂਟਰੀ ਬਾਡੀ ਬਕਾਇਦਾ ਸਟੇਟਸ ਹੈ ਦੇ ਕੋਲ ਤੇ ਇੰਡੀਆ ਤੀਜੀ ਕੰਟਰੀ ਹੈ ਜਿੱਥੇ ਐਨਜੀਟੀ ਹੈਗਾ ਮਤਲਬ ਇੰਡੀਆ ਤੀਜੀ ਕੰਟਰੀ ਹੈ ਜਿੱਥੇ ਕੋਈ ਅਜਿਹੀ ਸੈਚੂਟਰੀ ਬਾਡੀ ਹੈ ਜੋ এনਵਾਇਰਨਮੈਂਟ ਪ੍ਰਤੀ ਐਕਸ਼ਨ ਲੈਂਦੀ ਹੈ ਅਪੀਲਾਂ ਸੁਣਦੀ ਹੈ ਸ਼ਿਕਾਇਤਾਂ ਸੁਣਦੀ ਹੈ ਫੈਸਲੇ ਦਿੰਦੀ ਹੈ ਇੰਡੀਆ ਅਜੇ ਹੀ ਤੀਜੀ ਕੰਟਰੀ ਹੈ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੂਜੇ ਤੇ ਹੈ ਇਹ ਦੋ ਕੰਟਰੀਆਂ ਸੀ ਜਸਟ ਇਹਨਾਂ ਨੇ ਬਣਾਇਆ ਸੀ ਤੀਜੇ ਨੰਬਰ ਤੇ ਇੰਡੀਆ ਜਿਹਨੇ ਬਣਾਈ ਹੈ ਠੀਕ ਹੈ ਐਨਜੀਟੀ ਹੈ ਕਿੱਥੇ ਹੈ ਜਿਹਨੂੰ ਨਹੀਂ ਪਤਾ ਬਾਈ ਉਹ ਨਵੀਂ ਦਿੱਲੀ ਦੇ ਵਿੱਚ ਹੈ ਨਵੀਂ ਦਿੱਲੀ ਦੇ ਵਿੱਚ ਹੈ ਤੇ ਐਨਜੀਟੀ ਦਾ ਪਹਿਲਾ ਚੇਅਰਮੈਨ ਕੌਣ ਸੀਗਾ ਜੀ ਚੇਅਰਮੈਨ ਜੇ ਆਪਾਂ ਪਹਿਲੇ ਦੀ ਗੱਲ ਕਰੀਏ ਪਹਿਲਾ ਸੀਗਾ ਲੋਕੇਸ਼ਵਰ ਲੋਕੇਸ਼ਵਰ ਸਿੰਘ ਪੰਥ ਜਸਟਿਸ ਜਸਟਿਸ ਲੋਕੇਸ਼ਵਰ ਸਿੰਘ ਪੰਥ ਲੋਕੇਸ਼ਵਰ ਸਿੰਘ ਪੰਤ ਪੀ ਐਨਟੀ ਪੰਤ ਠੀਕ ਹੈ ਤੇ ਐਟ ਪ੍ਰੈਸੈਂਟ ਕੌਣ ਹੈ ਐਟ ਪ੍ਰੈਸੈਂਟ ਕੌਣ ਹੈ ਐਟ ਪ੍ਰੈਸੈਂਟ ਹੈਗਾ ਜੀ ਸੀਓ ਕੁਮਾਰ ਸਿੰਘ ਥੋੜੇ ਟਾਈਮ ਪਹਿਲਾਂ ਅਦਰਸ਼ ਕੁਮਾਰ ਗੋਇਲ ਸੀ ਜਿਹੜੇ ਇੱਕ ਗੋਲ ਉਹ ਸ਼ਾਇਦ हट ਗਏ ਹਾਂ हट ਗਏ ਤਾਂ ਹੀ ਤਾਂ ਸ਼ਿਵ ਕੁਮਾਰ ਸਿੰਘ ਹੈ ਆ ਠੀਕ ਹੈ ਜੀ ਏ ਲੋਕ ਕਰਕੇ ਭੱਜ ਜੋ ਸਰ ਇਹ ਤਾਂ ਹੈ ਹੀ ਨਹੀਂ অপਸ਼ਨ ਜੀ ਕਿਲਕਾ ਨਹੀਂ ਹੈਗਾ ਜੀ ਸੰਪਾਰਾ ਲੈ ਕੇ ਰਾਮਸਰ ਸਾਈਟ ਹੈ ਆ ਉੜੀਸਾ ਦੇ ਵਿੱਚ ਜਗ੍ਹਾ ਹੈ ਛਤਰਪੁਰ ਉੱਥੇ ਹੈ ਛਤਰਪੁਰ ਉੜੀਸਾ ਤੇ 2021 ਦੇ ਵਿੱਚ ਇਸ ਨੂੰ ਰਾਮਸਰ ਸਾਈਟ ਦਾ ਦਰਜਾ ਮਿਲਿਆ ਸੀਗਾ ਰਾਮਸਰ ਸਾਈਟ ਠੀਕ ਹੈ ਇਹ ਗੱਲਾਂ ਜਿਹੜੀ ਯਾਦ ਰੱਖਣੀ ਹੀ ਰੱਖਣੀ ਹੈ ठीक है भाई समझे कि नहीं समझे सर भी फोर कैपिटल ने लाइक ईस्ट डायरेक्शन कैपिटल वेस्ट साउथ अलग उन्होंने फर की मतलब ਸੰਪਾਰਾ ਠੀਕ ਹੈ ਸਾਰਿਆਂ ਦਾ ਹੁਣ ਸੰਪਾਰਾ ਆ ਗਿਆ ਸਾਰਿਆਂ ਦਾ ਹਨਾ ਸਾਨੂੰ ਚਿਲਕਾ ਹੀ ਪਤਾ ਓਨਲੀ ਨਹੀਂ ਚਿਲਕਾ ਫੇਮਸ ਵੀ ਬਹੁਤ ਹੈ ਉਹਨਾਂ ਦੀ ਲੈ ਕੇ ਲਾਰਜੈਸਟ ਲੈਗੂਨ ਲੈ ਕੇ ਇੰਡੀਆ ਦੀ ਲੈਗੂਨ ਹੁੰਦਾ ਜਿਵੇਂ ਸਮੁੰਦਰ ਦੇ ਕਿਨਾਰੇ ਨਦੀ ਤੇ ਸਮੁੰਦਰ ਦੇ ਕਿਨਾਰੇ ਬਣਦੀ ਹੈ ਮਤਲਬ ਨਦੀ ਦਾ ਪਾਣੀ ਵੀ ਫਰੈਸ਼ ਉਹਨੂੰ ਮਿਲਦਾ ਰਹਿੰਦਾ ਤੇ ਸਮੁੰਦਰ ਦਾ ਖਾਰਾ ਪਾਣੀ ਵੀ ਮਿਲਦਾ ਰਹਿੰਦਾ ਸਮੁੰਦਰ ਦੇ ਨੇੜੇ ਹੀ ਹੁੰਦੀ ਹੈ ਬਸ ਥੋੜਾ ਵਿੱਚ ਕੀ ਆ ਗੱਦ ਵਗੈਰਾ ਆ ਜਾਂਦੀ ਹੈ ਜਿੱਦੇ ਕਰਕੇ ਸਮੁੰਦਰ ਤੋਂ ਸੈਪਰੇਟ ਹੋ ਜਾਂਦੀ ਹੈ ਓਕੇ ਤੇ ਭਾਈ ਇਹ ਜਿਹੜੀ ਐਨਜੀਟੀ ਹੈ ਇਹ ਕਿਹਦੇ ਅੰਡਰ ਆਂਦੀ ਹੈ ਐਨਜੀਟੀ ਦੇਖੋ ਆਪਣੀ ਇੱਕ ਮਿਨਿਸਟਰੀ ਹੈ ਜੀ ਮਿਨਿਸਟਰੀ ਆਫ ਲਾ ਐਂਡ ਜਸਟਿਸ ਠੀਕ ਹੈ ਮਿਨਿਸਟਰੀ ਆਫ ਲਾ ਐਂਡ ਜਸਟਿਸ ਇਸ ਦਾ ਇੱਕ ਡਿਪਾਰਟਮੈਂਟ ਹੈ ਡਿਪਾਰਟਮੈਂਟ ਕਿਹੜਾ ਡਿਪਾਰਟਮੈਂਟ ਹੈ ਡਿਪਾਰਟਮੈਂਟ ਹੈਗਾ ਜੀ ਲੀਗਲ ਅਫੇਅਰ ਡਿਪਾਰਟਮੈਂਟ ਆਫ ਲੀਗਲ ਅਫੇਅਰਸ ਉਹਦੇ ਅੰਡਰ ਆਉਂਦਾ ਐਨਜੀਟੀ द मिनिस्ट्री ऑफ लॉ एंड जस्टिस ਦੇ ਅੰਡਰ ਹੈਗਾ ਡਿਪਾਰਟਮੈਂਟ ਆਫ ਲੀਗਲ ਅਫੇਅਰ ਡਿਪਾਰਟਮੈਂਟ ਆਫ ਲੀਗਲ ਅਫੇਅਰ ਦੇ ਅੰਡਰ ਆਉਗੀ ਐਨਜੀਟੀ ਤੇ ਮਿਨਿਸਟਰ ਕੌਣ ਹੈ ਲਾਅ ਐਂਡ ਜਸਟਿਸ ਦਾ ਜਦੋਂ ਵੀ ਆਪਾਂ ਕੋਈ ਮਿਨਿਸਟਰੀ ਪੜਦੇ ਹਾਂ ਤੁਹਾਨੂੰ ਤੁਰੰਤ ਦਿਮਾਗ 'ਚ ਆ ਜਾਣਾ ਚਾਹੀਦਾ ਹੈ ਵੀ ਹਾਂ ਇਹਦਾ ਮਿਨਿਸਟਰ ਕੌਣ ਹੈ ਮੇਘਵਾਲ ਹੈ ਅਰਜੁਨ ਰਾਮ ਮੇਘਵਾਲ ਅਰਜੁਨ ਰਾਮ ਮੇਘਵਾਲ ਰਾਜਸਥਾਨ ਤੋਂ ਹੈ ਠੀਕ ਹੈ डन ਬਈ ਚਲੋ ਬਹੁਤ ਹੋ ਗਿਆ ਕਰ ਲੋ ਨੋਟ ਜੀ ਨੇ ਸਕਰੀਨ ਸ਼ਾਟ ਲੈਣਾ ਲੈ ਸਕਦਾ ਹੈ ਅੱਗੇ ਚੱਲਦੇ ਹਾਂ ਅੱਗੇ ਨੈਕਸਟ ਆਓ ਜੀ ਭਾਰਤੀ ਕਪਾਹ ਨਿਗਮ ਲਿਮਟਿਡ ਦਾ ਕੋਟਨ ਕਾਰਪੋਰੇਸ਼ਨ ਆਫ ਇੰਡੀਆ ਦਾ ਕੋਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ ਕਪਾਹ ਦੇ ਕਿਸਾਨਾਂ ਲਈ ਕਪਾਹ ਮਤਲਬ ਕੋਟਨ ਠੀਕ ਹੈ ਉਹਨਾਂ ਦੇ ਕਿਸਾਨਾਂ ਲਈ ਵਿਸ਼ੇਸ਼ ਤੌਰ ਤੇ ਇੱਕ ਮੋਬਾਈਲ ਐਪ ਕੋਟ ਐਲੀ ਅੰਗਰੇਜ਼ੀ ਚ ਸਪੈਲਿੰਗ ਯਾਦ ਰੱਖਣੇ ਕਈ ਵਾਰ ਨਾ ਜਦੋਂ ਆਪਸ਼ਨ ਆਉਂਦੇ ਆ ਆਪਸ਼ਨ ਇੰਨੇ ਕਲੋਜ਼ ਦੇ ਦਿੰਦੇ ਆ ਕਿ ਸਾਨੂੰ ਸਪੈਲਿੰਗ ਤਾਂ ਯਾਦ ਨਹੀਂ ਹੁੰਦੇ ਬਸ ਆਪਾਂ ਨੇ ਰੱਟਾ ਲਾਇਆ ਹੁੰਦਾ ਵੀ ਕੋਟ ਐਲੀ ਕੋਟ ਐਲੀ ਤਾਂ ਦੋ ਤਿੰਨ ਆਪਸ਼ਨ ਅਜਿਹੇ ਤਾਂ ਕੋਟ ਐਲੀ ਠੀਕ ਹੈ ਇਹ ਐਪਲੀਕੇਸ਼ਨ ਲਾਂਚ ਕਰੀ ਹੈ ਕਿਨੇ ਲਾਂਚ ਕਰੀ ਹੈ ਇਹ ਕਰੀਆ ਜੀ ਦ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਦ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ ਠੀਕ ਹੈ ਇੱਕ ਲਿਮਟਿਡ ਯਾਨੀ ਕਿ ਕੰਪਨੀ ਹੈ ਕੰਪਨੀ ਕਿਹੜੀ ਹੈ ਪ੍ਰਾਈਵੇਟ ਹੈ ਜਾਂ ਸਰਕਾਰੀ ਸਰਕਾਰੀ ਹੈ ਯਾਨੀ ਪੀਐਸਯੂ ਪਬਲਿਕ ਸੈਕਟਰ ਅੰਡਰਟੇਕਿੰਗ ਸਰਕਾਰੀ ਕੰਪਨੀ ਨੂੰ ਆਪਾਂ ਬੋਲਦੇ ਆ ਨਾ ਪੀਐਸਯੂ ਉਹ ਹੈਗੀ ਹੈ ਠੀਕ ਹੈ ਯਾਦ ਰੱਖਣਾ ਹੈ ਬਈ ਤੇ ਕਿਹੜੀ ਮਿਨਿਸਟਰੀ ਦੇ ਅੰਡਰ ਆਂਦੀ ਹੈ ਇਹ ਕੰਪਨੀ ਇਹ ਕੰਪਨੀ ਆਂਦੀ ਹੈ ਜੀ ਮਿਨਿਸਟਰੀ ਆਫ ਟੈਕਸਟਾਈਲ ਦੇ ਸਿੰਪਲ ਮਿਨਿਸਟਰੀ ਆਫ ਟੈਕਸਟਾਈਲ ਦੇ ਅੰਡਰ ਆਂਦੀ ਹੈ ਠੀਕ ਹੈ ਤੇ ਕੌਣ ਹੈ ਆਪਣਾ ਮਿਨਿਸਟਰ ਆਫ ਟੈਕਸਟਾਈਲ ਆਪਣਾ ਮਿਨਿਸਟਰ ਆਫ ਟੈਕਸਟਾਈਲ ਹੈਗਾ ਪਿਊਸ ਗੋਇਲ ਹੈ ਨਾ ਇਸ ਟਾਈਮ ਤੁਸੀਂ ਕਮੈਂਟ ਕਰਕੇ ਸਹੀ ਆ ਕਿ ਗਲਤ ਲਿਖਤਾ ਮੈਂ ਪਿਊਸ ਗੋਇਲ ਹੋ ਗਿਆ ਜੀ ਠੀਕ ਹੈ 1970 ਦੇ ਨੇੜੇ ਬਣੀ 1970 ਚ ਹੀ ਬਣੀ ਸੀ ਇਹ ਕੰਪਨੀ ਠੀਕ ਹੈ ਬਸ ਇੰਨੀ ਕੀ ਗੱਲਾਂ ਬਹੁਤ ਆ ਯਾਦ ਰੱਖਣੀਆਂ ਠੀਕ ਹੈ ਓਕੇ ਯਾ ਇੱਕ ਮਿੰਟ ਬਾਈ ਮੈਂ ਮੋਬਾਈਲ ਹੀ ਸਾਈਨ ਅਟ ਕਰਨਾ ਭੁੱਲ ਗਿਆ ਜੀ ਚਲੋ ਬਹੁਤ ਚੰਗੀ ਲਿਖਾਂ ਓਕੇ ਭਾਈ ਕੋਈ ਨਹੀਂ ਕੋਈ ਨਹੀਂ ਰਚਨਾ ਜੀ ਚਲੋ ਨੈਕਸਟ ਆ ਹਾਲ ਹੀ ਵਿੱਚ ਪੁਰਾਤਤਵ ਵਿਗਿਆਨੀਆਂ ਨੇ ਕਿਸ ਇਤਿਹਾਸਿਕ ਖੁਦਾਈ ਸਥਾਨ ਤੋਂ ਕ੍ਰਿਸਟਲ ਕੁਆਰਟਸ ਤੋਂ ਬਣੀ ਤੋਲਣ ਵਾਲੀ ਇਕਾਈ ਦੀ ਖੋਜ ਕਰੀ ਹੈ ਤੋਲਣ ਵਾਲੀ ਇਕਾਈ ਕੋਈ ਯੂਨਿਟ ਮਤਲਬ ਕੁਝ ਅਜੀ ਹੀ ਚੀਜ਼ ਜਿਹਦਾ ਇਸਤੇਮਾਲ ਆਪਾਂ ਕੁਝ ਤੋਲਣ ਲਈ ਕਰਦੇ ਜਿਵੇਂ ਵੱਟੇ ਹੋਗੇ ਵਜਨ ਵਾਲੇ ਵੱਟੇ ਹਨਾ ਵੱਟੇ ਤਾਂ ਤੋਲਣ ਵਾਲੀ ਇਕਾਈ ਦੀ ਖੋਜ ਕਰੀਏ ਜਿਹੜੀ ਕਿ ਕ੍ਰਿਸਟਲ ਕੁਆਰਟਸ ਤੋਂ ਬਣੀ ਹੈ ਕ੍ਰਿਸਟਲ ਕੁਆਰਟਸ ਮਤਲਬ ਬਹੁਤ ਜ਼ਿਆਦਾ ਆ ਕੁਆਰਟਸ ਹੁੰਦਾ ਹੈ ਕਿ ਬਹੁਤ ਜ਼ਿਆਦਾ ਹਾਰਡ ਇੱਕ ਤਰ੍ਹਾਂ ਦਾ ਪੱਥਰ ਟਾਈਪ ਹੁੰਦਾ ਹੈ ਠੀਕ ਹੈ ਤੇ ਕ੍ਰਿਸਟਲ ਮਤਲਬ ਕਲਰ ਲੈਸ ਇੱਕ ਤਰ੍ਹਾਂ ਦਾ ਹੋ ਜਾਂਦਾ ਉਹ ਠੀਕ ਹੈ ਸਿਲੀਕਾ ਹੁੰਦਾ ਹੈ ਨਾ ਸਿਲੀਕਾ ਜਿਵੇਂ ਮਿੱਟੀ ਦੇ ਵਿੱਚ ਸਿਲੀਕਾ ਹੁੰਦਾ ਸੈਂਡ ਦੇ ਵਿੱਚ ਸਿਲੀਕਾ ਤਾਂ ਸਿਲੀਕਾ ਤੋਂ ਹੀ ਬਣਦਾ ਹੈ ਕੁਆਰਟਸ ਤਾਂ ਪੂਰਾ ਤੱਤਵ ਵਿਗਿਆਨੀ ਨੇ ਇਹਦੀ ਖੋਜ ਕਰੀਏ ਕਿੱਥੋਂ ਕਰੀਏ ਬਈ ਇਹ ਚਾਰ ਆਪਸ਼ਨ ਤੁਹਾਡੇ ਕੋਲ ਹੈਗੀਆਂ ਫਟਾਫਟ ਦੱਸੋ ਕੀਨ ਰਜੀਜੂ ਐਮ ਲਾ ਮਿਨਿਸਟਰ ਬਈ ਲਾ ਐਂਡ ਜਸਟਿਸ ਦੀ ਗੱਲ ਹੋ ਰਹੀ ਹੈ ਲਾ ਮਿਨਿਸਟਰ ਇੱਕ ਵਾਰ ਚੈੱਕ ਕਰ ਲੋ ਕਿ ਇਹ ਰਣਜੀਤ ਜੂ ਹੈ ਕਿ ਅਰਜੁਨ ਬ੍ਰਾਹਮੇਗਵਾਲ ਹੈ ਖਿਡਾਰੀ ਬਿਲਕੁਲ ਬਈ ਬਿਲਕੁਲ ਖਿਡਾਰੀ ਵਾਲੇ ਸਹੀ ਹੈ ਤੇ ਖਿਡਾਰੀ ਹੈ ਕਿਥੇ ਹੈ ਤਾਮਿਲਨਾਡੂ ਦੇ ਵਿੱਚ ਹੈ ਬਈ 800 ਪਰ ਇੰਪੋਰਟੈਂਟ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਤਾਮਿਲਨਾਡੂ ਤਾਮਿਲਨਾਡੂ ਦੇ ਸੀਐਮ ਨੇ ਤਾਮਿਲਨਾਡੂ ਦੇ ਸੀਐਮ ਨੇ ਖਿਡਾਰੀ ਮਿਊਜ਼ੀਅਮ ਦਾ ਨੀ ਪੱਥਰ ਰੱਖਿਆ ਸੀ ਤੇ ਤੁਹਾਨੂੰ ਖਿਡਾਰੀ ਮਿਊਜ਼ੀਅਮ ਵੀ ਪੁੱਛ ਸਕਦੇ ਆ ਕਿਥੇ ਹੈ ਤਾਮਿਲਨਾਡੂ ਦੇ ਵਿੱਚ ਖਿਲਾੜੀ ਮਿਊਜ਼ੀਅਮ ਠੀਕ ਹੈ ਇੱਥੇ ਇੱਕ ਹੋਰ ਮਿਊਜ਼ੀਅਮ ਵੀ ਥੋੜੇ ਟਾਈਮ ਪਹਿਲਾਂ ਨਿਊਜ਼ 'ਚ ਸੀਗਾ ਕੋਈ ਦੱਸ ਸਕਦਾ ਕਿਹੜਾ ਸੀਗਾ ਥੋੜੇ ਟਾਈਮ ਪਹਿਲਾਂ ਇੱਕ ਹੋਰ ਮਿਊਜ਼ੀਅਮ ਦਾ ਨੀ ਪੱਥਰ ਰੱਖਿਆ ਆਪਣੀ ਫਾਈਨੈਂਸ ਮਿਨਿਸਟਰ ਹੈਗੀ ਹੈ ਨਿਰਮਲਾ ਸੀਤਾਰਮਨ ਨੇ ਯਾਦ ਆਇਆ ਮੈਂ ਤੁਹਾਨੂੰ ਪਹਿਲਾਂ ਕਰਾ ਚੁੱਕਿਆ ਨਿਰਮਲਾ ਸੀਤਾਰਮਨ ਨੇ ਇੱਕ ਇੱਕ ਮਿਊਜ਼ੀਅਮ ਦਾ ਨੀ ਪੱਥਰ ਰੱਖਿਆ ਇੱਥੇ ਹੀ ਉਹ ਵੀ ਇੱਕ ਪੁਰਾਤਤਵ ਸਾਈਟ ਹੈਗੀ ਹੈ ਸਮਝੋ ਗੱਲ ਜਿਵੇਂ ਕਿ ਲਾੜੀ ਹੈ ਖਿਲਾੜੀ ਹੈ ਇਸ ਤੋਂ ਵੀ ਬਹੁਤ ਪ੍ਰਾਣੀ ਪ੍ਰਾਣੀ ਚੀਜ਼ਾਂ ਜਿਹੜੀ ਖਿਲਾੜੀ ਤੋਂ ਆਪਾਂ ਨੂੰ ਮਿਲੀਆਂ ਤੇ ਉੱਥੇ ਆਪਾਂ ਨੇ ਮਿਊਜ਼ੀਅਮ ਬਣਾਇਆ ਠੀਕ ਹੈ ਬਾਕੀ ਸਨੋਲੀ ਇਹ ਜਿਹੜੀ ਸਾਈਟ ਹੈਗੀ ਹੈ ਇਹ ਯੂਪੀ ਦੇ ਵਿੱਚ ਹੈ ਬਈ ਭੀਮਬੇਟ ਦਾ ਮੱਧ ਪ੍ਰਦੇਸ਼ ਦੇ ਵਿੱਚ ਹੈ ਇੱਥੇ ਬਹੁਤ ਪੇਂਟਿੰਗ ਹੈਗੀ ਹੈ ਮੀਜ਼ੋਲੀਥਿਕ 에ਜ ਦੀ ਪ੍ਰਾਣੀ ਪੇਂਟਿੰਗ ਤੇ ਗੁਫਾਵਾਂ ਭੀਮਬੇਟ ਕਦੇ ਵਿੱਚ ਮਿਲੀਆਂ ਰੋਪੜ ਆਪਣੇ ਪੰਜਾਬ ਚ ਹੈਗਾ ਸਨੋਲੀ ਜਿਹੜੀ ਹੈਗੀ ਹੈ ਇਹ ਮਹਾਭਾਰਤ ਦੇ ਟਾਈਮ ਦੀ ਸਾਈਟ ਹੈ ਜਿਹੜੀ ਕਹੀ ਜਾਂਦੀ ਹੈ ਮਤਲਬ ਬਹੁਤ ਪੁਰਾਣੀ ਹੈ ਪਰ ਇਹਦੇ ਜਿਹੜੇ ਇੱਥੋਂ ਜਿਹੜਾ ਸਮਾਨ ਮਿਲਿਆ ਹਨਾ ਉਹ ਸਿੰਦੂਗਾਰਤੀ ਸਭਿਅਤਾ ਨਾਲ ਮੈਚ ਨਹੀਂ ਕਰਦਾ ਠੀਕ ਹੈ ਤਾਂ ਉਸ ਤੋਂ ਇੱਕ ਅਲੱਗ ਸਭਿਅਤਾ ਨੂੰ ਕਿਹਾ ਜਾ ਰਿਹਾ ਹੈ ਫਿਲਹਾਲ ਇਹਦੇ ਬਾਰੇ ਚੱਲ ਰਹੀ ਹੈ ਜੀ ਠੀਕ ਹੈ ਅੱਛਾ ਚੇਂਜ ਹੋ ਗਿਆ ਹਾਂ ਹੁਣ ਤਾਂ ਅਰਜੁਨਾ ਮੀਗਵਾਲੀ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਕਈ ਵਾਰ ਮੈਂ ਆ ਬੁੰਦਲ ਜਾਂਦਾ ਹੈ ਬਈ ਠੀਕ ਹੈ ਓਕੇ ਭਈਓ ਖਿਡਾਰੀ ਮਿਊਜ਼ੀਅਮ ਦੂਜਾ ਦੱਸੋ ਭਈ ਨਿਰਮਲਾ ਸੀਤਾਰਮਨ ਨੇ ਹੁਣੇ ਮੈਂ ਤੁਹਾਨੂੰ 1-2 ਦਿਨ ਪਹਿਲਾਂ ਕਰਾਇਆ ਸੀਗਾ ਨਹੀਂ ਯਾਦ ਹੈ ਪੜ੍ਹਦੇ ਤਾਂ ਹੈ ਨਹੀਂ ਅਦੀਚਨਲੂਰੂ ਮਿਊਜ਼ੀਅਮ ਹੈ ਅਦੀਚਨਲੂਰੂ ਅਦੀਚਨਲੂਰ ਮਿਊਜ਼ੀਅਮ ਇਹ ਸੀਗਾ ਤਾਮਿਲਨਾਡੂ ਦਾ ਇੱਕ ਡਿਸਟ੍ਰਿਕਟ ਹੈ ਤੁਟੂ ਕੋੜੀ ਉੱਥੇ ਇਹਦਾ ਨੀ ਪੱਤਰ ਰੱਖਿਆ ਸੀਗਾ ਨਿਰਮਲਾ ਸੀਦਰਮਨ ਨੇ ਅਦੀਚਨਨਲੂਰੂ ਇਹ ਯਾਦ ਰੱਖਣੀ ਹੈ ਸਾਰੀ ਗੱਲਾਂ ਚਲੋ ਅੱਗੇ ਆਓ ਲਓ ਜੀ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ FIH ਵੱਲੋਂ ਰੈਂਕਿੰਗ ਆ ਚੁੱਕੀ ਹੈ ਤੇ ਇੰਡੀਆ ਕੈਮੇ ਨੰਬਰ ਤੇ ਚਲੀ ਗਈ ਹੈ ਇੰਡੀਆ ਦੀ ਹਾਕੀ ਟੀਮ ਕੈਮੇ ਨੰਬਰ ਤੇ ਆ ਚੁੱਕੀ ਹੈ ਇਹ ਦੱਸੋ ਇੰਡੀਆ ਦੀ ਹਾਕੀ ਟੀਮ ਹੁਣ ਆਪਾਂ ਨੇ ਏਸ਼ੀਅਨ ਟਰੋਫੀ ਹੈ ਜਿਹੜੀ ਉਹ ਵੀ ਜਿੱਤੀ ਹੈ ਏਸ਼ੀਅਨ ਚੈਂਪੀਅਨ ਟਰੋਫੀ ਠੀਕ ਹੈ ਤਾਂ ਪਹਿਲੇ ਨੰਬਰ ਤੇ ਹੈਗੀ ਹੈ ਨੀਦਰਲੈਂਡ ਦੀ ਟੀਮ ਪਹਿਲੇ ਨੰਬਰ ਤੇ ਕਿਹੜਾ ਦੇਸ਼ ਹੈ ਨੀਦਰਲੈਂਡ ਦੀ ਹਾਕੀ ਟੀਮ ਹੈ ਦੂਜੇ ਨੰਬਰ ਤੇ ਬੈਲਜੀਅਮ ਦੀ ਹਾਕੀ ਟੀਮ ਹੈ ਬੈਲਜੀਅਮ ਦੀ ਹਾਕੀ ਟੀਮ ਤੀਜੇ ਨੰਬਰ ਤੇ ਹੈਗੀ ਆਪਣੀ ਇੰਡੀਆ ਆਪਾਂ ਨੇ ਕਿਹਨੂੰ ਪਿੱਛੇ ਛੱਡਿਆ ਇੰਗਲੈਂਡ ਨੂੰ ਆ ਇਹ ਹੈਗੇ ਆ ਟੌਪ ਦੇ ਚਾਰ ਦੇਸ਼ ਨਵੀਂ ਤਾਜੀ ਰੈਂਕਿੰਗ ਦੇ ਵਿੱਚ ਜਿਹੜੀ ਹੁਣੇ ਆਈ ਹੈ ਕੱਲ ਹੀ ਠੀਕ ਹੈ ਸਮਝੇ ਗੱਲ ਓਕੇ ਤੇ ਠੀਕ ਹੈ ਇਹ ਜਿਹੜਾ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਹੈਗਾ ਇਹਦਾ ਹੈੱਡ ਕੁਆਰਟਰ ਕਿੱਥੇ ਆ ਇਹਦਾ ਹੈੱਡ ਕੁਆਰਟਰ ਹੈਗਾ ਜੀ ਲੂਜ਼ਨ ਸਵਿਟਜ਼ਰਲੈਂਡ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਇਹ ਯਾਦ ਰੱਖਣਾ ਹੈ ਇਹਦਾ ਪ੍ਰੈਜ਼ੀਡੈਂਟ ਇਹਦਾ ਪ੍ਰੈਜ਼ੀਡੈਂਟ ਕੌਣ ਹੈ ਇਹਦਾ ਪ੍ਰੈਜ਼ੀਡੈਂਟ ਹੈਗਾ ਜੀ ਵਿਕਰਮ ਹਨਾ ਤਈਆ ਵਿਕਰਮ ਆਏਗਾ ਤਈਆ ਵਿਕਰਮ ਤਯਮ ਇਕਰਮ ਇਹ ਮਕਾਉ ਦੇਸ਼ ਦਾ ਕਿੱਥੋਂ ਦਾ ਹੈ ਮਕਾਉ ਦਾ ਮਕਾਉ ਦੇਸ਼ ਦਾ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਕੌਣ ਹੈ ਤਈਆ ਵਿਕਰਮ ਜਿਹੜਾ ਮਕਾਉ ਦੇਸ਼ ਦਾ ਹੈ ਕੀ ਕਦੇ ਕੋਈ ਇੰਡੀਆ ਦਾ ਬੰਦਾ ਵੀ ਇਹਦਾ ਪ੍ਰੈਜ਼ੀਡੈਂਟ ਬਣਿਆ ਬਿਲਕੁਲ ਬਣਿਆ ਜੀ ਨਰਿੰਦਰ ਧਰੋਪ ਬੱਤਰਾ ਕੌਣ ਰਿਹਾ ਫਸਟ ਇੰਡੀਅਨ ਕੌਣ ਸੀਗਾ ਜਿਹੜਾ ਪ੍ਰੈਜ਼ੀਡੈਂਟ ਬਣਿਆ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ ਨਰਿੰਦਰ ਧੁਰਭ ਬੱਤਰਾ ਇਹ ਫਰਸਟ ਇੰਡੀਅਨ ਸੀਗਾ ਜੀ ਜਿਹੜਾ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਬਣਿਆ ਠੀਕ ਹੈ ਓਕੇ ਤਾਂ ਇਹ ਸਾਰੀ ਗੱਲਾਂ ਜਿਹੜੀ ਆਪਾਂ ਨੇ ਯਾਦ ਰੱਖਣੀਆਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਬਈ ਸਾਰਿਆਂ ਨੂੰ हां चलो ये भी है कि हां 1924 ਦੇ ਵਿੱਚ ਇਹ ਬਣੀ ਸੀਗੀ ਸੰਸਥਾ ਤੇ ਜਦੋਂ ਇਹ ਬਣੀ ਹੈ ਨਾ ਇਹ ਪੈरिस ਦੇ ਵਿੱਚ ਬਣੀ ਸੀ ਚਲੋ ਇਹ ਵੀ ਯਾਦ ਰੱਖ ਲਿਓ ਫਿਰ ਠੀਕ ਹੈ ਨਾ ਚਲੋ ਸੁਨੀਲ ਜੀ ਨੇ ਕਮੈਂਟ ਕਰਤਾ ਤਾਂ ਮੈਂ ਲਿਖਵਾ ਹੀ ਦਿੰਦਾ ਬੱਚਿਆਂ ਨੂੰ 2 ਜੁਲਾਈ 1924 ਦੇ ਵਿੱਚ ਬਣੀ ਸੀ ਤੇ ਬਣੀ ਕਿੱਥੇ ਸੀ ਪੈरिस ਦੇ ਵਿੱਚ ਸੀਗੀ ਇਹ ਵੀ ਨਾਲ ਦੀ ਨਾਲ ਫਿਰ ਯਾਦ ਹੀ ਰੱਖ ਲਿਓ ਜੇ ਰੱਖਣਾ ਓਕੇ ਚਲੋ ਜੀ ਫਿਰ ਡਾਣਾ ਇੱਥੇ ਇੱਥੇ ਤੱਕ ਸਾਰਿਆਂ ਨੂੰ ਲਿਓ ਜੀ ਆਪਣੇ ਪੰਜਾਬ ਦਾ ਕਰੰਟ ਅਫੇਅਰ ਹੈ ਠੀਕ ਹੈ ਹੋਰ ਤਾਂ ਕੋਈ ਕਰਾਂਦਾ ਨਹੀਂ ਫਿਰ ਮੈਂ ਹੀ ਪੰਜਾਬ ਦੇ ਕਰੰਟ ਅਫੇਅਰ ਫਿਰ ਵਿੱਚ ਮੈਂ ਮੰਥਲੀ ਕਰਾ ਦਿਆ ਕਰੂੰਗੀ ਤੁਹਾਨੂੰ ਠੀਕ ਹੈ ਨਾ ਇਸ ਮੰਥੇ ਦੇ ਮੈਂ ਸਾਰੇ ਨੋਟ ਕਰ ਰਹੇ ਹਾਂ ਜਿਨਨੇ ਵੀ ਪੰਜਾਬ ਰਿਲੇਟਡ ਕਰੰਟ ਅਫੇਅਰ ਹੋਣਗੇ ਤੁਹਾਨੂੰ ਇੱਕ ਕਲਾਸ ਮਿਲ ਜੇਗੀ ਪੂਰੇ ਮੰਥ ਦੀ ਵੀ ਹਾਂ ਜਵੇਂ ਜਿਵੇਂ ਹੁਣ ਅਗਸਤ ਚੱਲ ਰਿਹਾ ਹੈ ਅਗਸਤ ਦੇ ਵਿੱਚ ਜੋ ਵੀ ਪੰਜਾਬ ਚ ਹੋਇਆ ਤਾਂ ਪੰਜਾਬ ਦੇ ਕਰੰਟ ਅਫੇਅਰ ਤੁਹਾਨੂੰ ਪੂਰੇ ਇੱਕ ਵੀਡੀਓ ਚ ਮਿਲ ਜਾਣਗੇ ਠੀਕ ਹੈ ਕੀ ਹੋ ਗਿਆ ਇੰਡੀਆ ਦੀ ਕੈਪੀਟਲ ਦਿੱਲੀ ਨਹੀਂ ਹੈ ਨਵੀਂ ਦਿੱਲੀ ਹੈ ਡਾਰਕ ਕਰੋ ਵਿਜੀਬਲ ਨਹੀਂ ਪ੍ਰੋਪਰ ਨਹੀਂ ਇਸ ਤੋਂ ਡਾਰਕ ਤਾਂ ਨਹੀਂ ਹੋ ਸਕਦਾ ਜੀ ਮੈਂ ਕਲਰ ਚੇਂਜ ਕਰ ਸਕਦਾ ਇਹ ਲਓ ਬਲੈਕ ਕਰਤਾ ਹਾਂਜੀ ਕੋਈ ਦੱਸੇਗਾ ਗੁਜਰਾਵਾਲਾ ਜੀ ਦੀ ਪਹਿਲੀ ਕਲਾਸ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਡੇਲੀ 7 ਵਜੇ ਕਲਾਸ ਮਿਲਿਆ ਕਰੋਗੇ ਇਸ ਟਾਈਮ ਅਫਰੀਕਾ ਜੀ ਨਹੀਂ ਗਲਤ ਹੈ ਇਹ ਜਮੀ ਸੋਕੇ ਕੁਸਚਨ ਹੈ ਇਹ ਵੀ ਤੁਸੀਂ ਗਲਤ ਕਰਦੇ ਹੋ ਦੇਖੋ ਭਾਈ ਪੰਜਾਬ ਨਾਲ ਰਿਲੇਟਡ ਗੱਲ ਕੀ ਹੈ ਪੰਜਾਬ ਪੁਲਿਸ ਦਾ ਅਧਿਕਾਰੀ ਹੈ ਗੁਰਜੋਤ ਕਲੇਰ ਗੁਰਜੋਤ ਸਿੰਘ ਕਲੇਰ ਇਨੇ ਮਾਉਂਟ ਐਲਬਰਸ ਪਹਾੜ ਮਤਲਬ ਮਾਉਂਟ ਐਲਬਰਸ ਜਿਹੜੀ ਹੈਗੀ ਆ ਉਹਦੇ ਤੇ ਤਿਰੰਗਾ ਲਹਿਰਾਇਆ ਠੀਕ ਹੈ ਕਿਉਂਕਿ ਹਰ ਘਰ ਤਿਰੰਗਾ ਜਾਂ ਕੁਝ ਐਦਾਂ ਦੀ ਮੁਹੀਮ ਹੈ ਜਿਹੜੀ ਚੱਲੀ ਹੋਈ ਹੈ ਤਾਂ ਇਹ ਵੀ ਉੱਥੇ ਗਿਆ ਸੀ ਇਨੀ ਵੀ ਉੱਥੇ ਤਿਰੰਗਾ ਲਹਿਰਾਇਆ ਤਾਂ ਮਾਉਂਟ ਐਲਬਰਸ ਕਿਸ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਸੱਤ ਮਹਾਦੀਪ ਆਪਣੇ ਹੈਗੇ ਆ ਜੀ ਸੱਤ ਕੰਟੀਨੈਂਟ ਤੁਹਾਨੂੰ ਹਰ ਕੰਟੀਨੈਂਟ ਦੀ ਸਭ ਤੋਂ ਉੱਚੀ ਪੀਕ ਦਾ ਪਤਾ ਹੋਣਾ ਚਾਹੀਦਾ ਜਿਵੇਂ ਆਪਾਂ ਏਸ਼ੀਆ ਦੇ ਵਿੱਚ ਰਹਿੰਦੇ ਆ ਏਸ਼ੀਆ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਮਾਉਂਟ ਐਵਰੇਸਟ ਹੈ ਇਦਾਂ ਹੀ ਮਾਉਂਟ ਐਲਬਰਸ ਜਿਹੜੀ ਹੈਗੀ ਹੈ ਜੇ ਪਹਿਲਾ ਆਪਸ਼ਨ ਦੇਖੀਏ ਏਸ਼ੀਆ ਏਸ਼ੀਆ ਦਾ ਕਿਹੜਾ ਹੋ ਗਿਆ ਐਵਰੇਸਟ ਹੋ ਗਿਆ ਏਸ਼ੀਆ ਦਾ ਕਿਹੜਾ ਹੋ ਗਿਆ ਐਵਰੇਸਟ ਹੋ ਗਿਆ ਭਈ ਠੀਕ ਹੈ africa ਦਾ africa ਦਾ ਅੰਦਾ ਹੈ ਮਾਉਂਟ ਕਿਲੀਮਿੰਜਾਰੋ ਕਿਲੀ ਮਿੰਜਾਰੋ ਕਿਲੀਮਿੰਜਾਰੋ ਇਹ ਹੈਗਾ ਜੀ ਤੰਗਾਨੀਆ ਤੰਜ਼ਾਨੀਆ ਤੰਜ਼ਾਨੀਆ ਠੀਕ ਹੈ ਯੂਰਪ ਦਾ ਹੈਗਾ ਐਲਬਰਸ ਯੂਰਪ ਦਾ ਹੈਗਾ ਜੀ ਐਲਬਰਸ ਇਹ ਯਾਦ ਰੱਖਣਾ ਤੇ ਯੂਰਪ ਦੇ ਵਿੱਚ ਤਾਂ ਬਹੁਤ ਸਾਰੇ ਦੇਸ਼ ਹੈ ਕਿਹੜੇ ਦੇਸ਼ ਦੇ ਵਿੱਚ ਹੈ ਇਹ ਹੈਗਾ ਜੀ ਮਾਉਂਟ ਐਲਬਰਸ ਰਸ਼ੀਆ ਦੇ ਵਿੱਚ ਕਿੱਥੇ ਹੈ ਰਸ਼ੀਆ ਹੁਣ ਬਹੁਤ ਜਿਹੇ ਬੱਚੇ ਕਹਿਣਗੇ ਸਰ ਰਸ਼ੀਆ ਤਾਂ ਏਸ਼ੀਆ ਦੇ ਵਿੱਚ ਹੈ ਜੀ ਨਹੀਂ ਰਸ਼ੀਆ ਜਿਹੜਾ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਅੱਧਾ ਹਿੱਸਾ ਉਹਦਾ ਯੂਰਪ ਦੇ ਵੱਲ ਹੈ ਅੱਧਾ ਏਸ਼ੀਆ ਦੇ ਵੱਲ ਹੈ ਦੋਨੇ ਸਾਈਡ ਹੈ ਠੀਕ ਹੈ ਤਾਂ ਜਿਹੜਾ ਹਿੱਸਾ ਯੂਰਪ ਵੱਲ ਹੈ ਉੱਥੇ ਹੈਗੀ ਹੈ ਮਾਉਂਟ ਐਲਬਰਸ ਠੀਕ ਹੈ ਕਿਹੜੀ ਕਿਹੜੇ ਪਰਬਤ ਕਿਹੜੀ ਪਰਬਤ ਸੰਖਰਲਾ ਦੇ ਵਿੱਚ ਤਾਂ ਇਹ ਹੈਗਾ ਜੀ ਕਾਕਸ ਕਾਕਸਸ ਠੀਕ ਹੈ ਜੀ काकेसस माउंटेन रेंज हैगी उ मिलेगा ठीक है माउंट एलबरस ठीक है ओके डन okay, चलो फिर साउथ अमेरिका भी है ओप्शन साउथ अमेरिका की सब तो ऊंची चोटी केड़ी है एकांका अर्जेंटीना के अर्जेंटीना हैगीका गोआ एकॉका गोआ माउंट एका गोआ एका गुआ, एकांका गुआ. Mount, एकांका गुआ. एकांका गुआ. ਮਾਉਂਟ ਐਕਾਉਂਟ ਕਗਵਾ ਇਹ ਸਾਊਥ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਹੈ। ਬਾਕੀ ਜਿਹੜੇ ਬਚ ਗਏ ਉਹ ਨੋਟ ਕਰ ਲਿਓ ਠੀਕ ਹੈ। ਡਨ ਚਲੋ। ਲੇ ਜੀ ਕੱਲ ਅਫਗਾਨਿਸਤਾਨ ਦੇ ਫੈਜ਼ਾਬਾਦ ਦੇ ਵਿੱਚ ਝਟਕੇ ਦੇਖਣ ਨੂੰ ਮਿਲੇ ਆ ਭੂਕੰਪ ਦੇ। ਇਹ ਕੁਝ ਲਾਈਨ ਹੈ ਯਾਦ ਰੱਖਣੀ ਰੱਖ ਸਕਦੇ ਹੋ। ਮਤਲਬ ਕਈ ਵਾਰ ਕੁਝ ਪੁੱਛਿਆ ਵੀ ਜਾ ਸਕਦਾ ਹੈ ਨਹੀਂ ਵੀ। ਠੀਕ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈਗੀ ਹੈ। ਆਸਟ੍ਰੇਲੀਆ ਦੇ ਇਸ ਦਾ ਪ੍ਰਧਾਨ ਮੰਤਰੀ ਹੈ ਜੀ ਐਂਥਨੀ ਐਲਬਨੀਸ ਇਹ ਇੰਡੀਆ ਆਏਗਾ ਕਿਉਂਕਿ ਇੰਡੀਆ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਕਿੱਥੇ ਨਵੀਂ ਦਿੱਲੀ ਦੇ ਵਿੱਚ ਜੀ20 ਦੇ ਜਿੰਨੇ ਵੀ ਨੇਤਾ ਹੈਗੇ ਆ ਇੱਕ ਹਾਲੇ ਖਤਮ ਹੀ ਨਹੀਂ ਹੋਇਆ ਜੀ20 ਵਾਲਾ ਹਨਾ ਜੀ20 ਦੇ ਜਿੰਨੇ ਵੀ ਨੇਤਾ ਹੈਗੇ ਆ ਉਹ ਇੱਕ ਸੰਮੇਲਨ ਦੇ ਵਿੱਚ ਕਿਹੜਾ ਸੰਮੇਲਨ ਹੈ ਜੀ20 ਲੀਡਰ ਸਮਿਟ ਨਵੀਂ ਦਿੱਲੀ ਦੇ ਵਿੱਚ ਹੋਏਗੀ ਹਲੇ ਹੋਣੀ ਹੈ ਠੀਕ ਹੈ ਨਾ ਜੀ20 ਲੀਡਰ ਸਮਿਟ ਜੀ20 ਲੀਡਰ ਸਮਿਟ ਦੇ ਵਿੱਚ ਕਿੱਥੇ ਹੋएगी ਨਵੀਂ ਦਿੱਲੀ ਇੱਥੇ ਭਾਗ ਲੈਣ ਆਏਗਾ ਜੀ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਓਕੇ ਗੱਲ ਯਾਦ ਰੱਖਣੀ ਹੈ ਐਂਟਨੀ ਅਲਬਨੀਜ਼ ਬਾਰੇ ਸਕਰੀਨਸ਼ਾਟ ਲੈਣ ਦਿਓ ਕਿਹੜਾ ਸਕਰੀਨਸ਼ਾਟ ਲੈਣਾ ਸੀਗਾ ਪਿੱਛੇ ਵਾਲਾ ਇਹ ਤੱਕ ਲੋ ਇਹ ਵਾਲਾ ਲੈਣਾ ਹੋਣਾ ਹਨਾ ਲਿਓ ਠੀਕ ਹੈ ਜੀ ਓਕੇ ਠੀਕ ਹੈ ਤਾਂ ਇਹ ਯਾਦ ਰੱਖਣਾ ਬਸ ਕਰੰਟ ਅਫੇਅਰ ਇੰਨੇ ਹੀ ਸੀਗੇ ਓਕੇ ਬਾਕੀ ਨਹੀਂ 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 ਕਰੰਟ ਅਫੇਅਰ ਡੇਲੀ ਵਾਲੀ ਦੀ ਕੋਈ ਪੀਡੀਐਫ ਨਹੀਂ ਹੈਗੀ ਜੀ ਡੇਲੀ ਵਾਲੇ ਕਰੰਟ ਤੇ ਤੁਸੀਂ ਨੋਟ ਹੀ ਕਰਨੇ ਆ ਉਹੀ ਵਧੀਆ ਰਹਿਣਗੇ ਡੇਲੀ ਦੇ ਇੰਨੀ ਪੀਡੀਐਫਾਂ ਦਾ ਕੀ ਕਰੋਗੇ ਲੈ ਕੇ ਡੇਲੀ ਦੀ ਪੀਡੀਐਫ ਦਾ ਠੀਕ ਹੈ ਨੋਟ ਕਰਨੇ ਆ ਵਧੀਆ ਤਰੀਕੇ ਦੇ ਨਾਲ ਤੇ ਜਦੋਂ ਤੱਕ ਤੁਹਾਡੀ ਸਿਲੈਕਸ਼ਨ ਨਹੀਂ ਹੁੰਦੀ ਇਹ ਪ੍ਰੋਸੈਸ ਕੰਟੀਨਿਊ ਹੀ ਰੱਖਣਾ ਹੈ ਡੇਲੀ ਕਰੰਟ ਅਫੇਅਰ ਪੜ੍ਹਨ ਦਾ ਇਹ ਇਹ ਆਪਣੀ ਹੈਬਿਟ ਬਣਾ ਲਓ ਤੇ ਇੰਟਰਸਟ ਲਿਆ ਕਰੋ ਇਹਦੇ ਵਿੱਚ ਇਹ ਨਹੀਂ ਮਨ ਮਾਰ ਕੇ ਨਹੀਂ ਕਰਨਾ ਕੋਈ ਵੀ ਕੰਮ हां स्टार्टिंग च ਔਖੀ ਲੱਗਦੀ ਹੈ கரنٹ افੇਅਰ ਲਿਖਣੀ ਮਤਲਬ ਬਹੁਤ ਔਖਾ ਲੱਗਦਾ ਹੈ ਠੀਕ ਹੈ ਅੱਧੇ ਘੰਟੇ ਦੀ ਕਲਾਸ ਨੂੰ ਵੀ ਕਈ ਵਾਰ ਘੰਟਾ ਡੇਢ ਘੰਟਾ ਲੱਗ ਜਾਂਦਾ ਜਿਹੜਾ ਬੱਚਾ ਪਹਿਲੀ ਵਾਰ கரنٹ افੇਅਰ ਪੜ੍ਹਨਾ ਸ਼ੁਰੂ ਕਰਦਾ ਹੈ ਬਹੁਤ ਹੀ ਬਹੁਤ ਹੀ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੁੰਦਾ ਉਹਨੂੰ ਠੀਕ ਹੈ ਐਮਓਯੂ ਕੀ ਹੁੰਦਾ ਹੈ ਜੀ ਕੰਟੀਨੈਂਟ ਮਤਲਬ ਜਿਹਨੂੰ ਜੀਕੇ ਥੋੜੀ ਕਮਜ਼ੋਰ ਹੈ ਉਹਨੂੰ ਬਹੁਤ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਬਟ ਜਦੋਂ ਉਹ ਹੌਲੀ 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 ਡੇਲੀ ਇਸ ਕੰਮ ਨੂੰ ਕਰਨ ਲੱਗ ਜਾਂਦਾ ਹੈ ਨਾ ਤਾਂ ਉਹਨੂੰ ਸਾਰੀ ਚੀਜ਼ਾਂ ਆਟੋਮੈਟਿਕਲੀ ਪਤਾ ਲੱਗ ਜਾਂਦੀ ਚਲੀ ਜਾਂਦੀ ਹੈ ਵੀਡੀਓ ਤੇ ਪਟਵਾਰੀ ਦੇ ਜਿਹੜੇ ਨੈਕਸਟ ਬੈਚ ਆਣਗੇ ਦੇਖੋ ਹੁਣ ਕੋਈ ਵੀ ਕਿਸੇ ਪੇਪਰ ਵਾਸਤੇ ਸਪੈਸ਼ਲ ਬੈਚ ਨਹੀਂ ਆਊਗਾ ਬੈਚ ਆਊਗਾ ਫਾਊਂਡੇਸ਼ਨ ਬੈਚ ਠੀਕ ਹੈ ਉਹਦੇ ਚ ਕੰਪਲੀਟ ਸਿਲੇਬਸ ਹੋਵੇਗਾ ਕਿਉਂਕਿ ਤੁਸੀਂ ਤੁਸੀਂ ਨਾ ਪਤਾ ਕੀ ਜਿਵੇਂ ਪਟਵਾਰੀ ਆ ਪਟਵਾਰੀ ਦੇ ਸਿਲੇਬਸ ਨੂੰ ਟਾਰਗੇਟ ਕਰ ਲਓਗੇ ਵੀਡੀਓ ਦੇ ਸਿਲੇਬਸ ਨੂੰ ਟਾਰਗੇਟ ਕਰ ਲਓਗੇ ਹੁਣ ਦੇਖਿਆ ਜਿਨ੍ਹਾਂ ਬੱਚੇ ਨੇ ਓਨਲੀ ਆਪਣੇ ਐਪ ਨੂੰ ਕੋਸਟੇਬਲ ਦੇ ਸਿਲੇਬਸ ਤੱਕ ਲਿਮਿਟਿਡ ਰੱਖਿਆ ਫਸ ਗਏ ਨਾ ਤਾਂ ਸਿਲੇਬਸ ਚੇਂਜ ਹੋ ਸਕਦਾ ਮੇਬੀ ਵੇਰੀ ਤਾਂ ਆਪਣੀ ਜਿਹੜੀ ਤਿਆਰੀ ਹੈ ਉਹ ਪੂਰੀ ਕਰਕੇ ਰੱਖੋ ਆਪਾਂ ਨੇ ਪੂਰੀ ਹਿਸਟਰੀ ਪੜ੍ਹ ਰੱਖੀ ਆ ਪੂਰੀ ਪੋਲਿਟੀ ਪੂਰੀ ਜੀਓਗ੍ਰਾਫੀ ਪੂਰੀ ਸਾਇੰਸ ਹਨਾ ਬਾਇਓਲੋਜੀ এনवायरमेंट ਤੇ ਇਕਨੋਮਿਕ ਸਭ ਕੁਝ ਪੜ੍ਹ ਰੱਖਿਆ ਆ ਆਪਾਂ ਨੇ ਜਿੱਥੋਂ ਮਰਜ਼ੀ ਆ ਜਾਏ ਪੇਪਰ ਸਾਰੀ ਸਟੈਟਿਕ ਜੀਕੇ ਪੜ੍ਹੀ ਹੋਈ ਆ ਤਾਂ ਮੈਚ ਆਪਾਂ ਜਿਹੜਾ ਚਲਾਵਾਂਗੇ ਬਈ ਆਪਾਂ ਚਲਾਵਾਂਗੇ ਕੰਪਲੀਟ ਮੈਚ ਚਾਹੇ ਫਿਰ ਤੁਸੀਂ ਪੰਜਾਬ ਪੁਲਿਸ 'ਚ ਬੈਠੋ ਵੀਡੀਓ 'ਚ ਬੈਠੋ ਕਲਰਕ 'ਚ ਬੈਠੋ ਅਟਵਾਰੀ 'ਚ ਬੈਠੋ ਨਹਿਰ ਤਸਿਲਦਾਰ 'ਚ ਬੈਠੋ ਜਿਹੜੇ 'ਚ ਬੈਠਣਾ ਉਸ ਪੇਪਰ 'ਚ ਬੈਠੋ ਠੀਕ ਹੈ हां बिल्कुल मंथली दी ओ मैं बनाऊंगा मंथली दी दो वीडियो आਣਗੀਆਂ ਬਈ ਇੱਕ ਤਾਂ ਕੰਬਾਈਨ ਸਾਰੀ ਦੀ ਵਧੀਆ ਵਧੀਆ ਵਾਲੇ ਇੱਕ ਓਨਲੀ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਕੀ ਨਿਊਜ਼ ਚ ਰਿਹਾ ਠੀਕ ਹੈ ਨਾ ਸਮਝੋ ਓਕੇ ਕਿੰਨੀ ਤਰੀਕ ਤੋਂ ਬੈਚ ਸ਼ੁਰੂ ਹੋਏਗਾ ਉਹ ਜਲਦ ਹੀ ਸ਼ੁਰੂ ਹੋਏਗਾ ਪਹਿਲਾਂ ਇਹ ਪੰਜਾਬ ਪੁਲਿਸ ਵਾਲੇ ਜਿਹੜੇ ਹੈਗੇ ਆ ਇਹ ਪੇਪਰ ਨਿਬੜ ਜਾਣਗੇ ਠੀਕ ਹੈ ਓਕੇ ਤੇ ਉਹ ਬੈਚ ਜਿਹੜਾ ਚੱਲੇਗਾ ਵਧੀਆ ਚੱਲੇਗਾ ਇਹ ਨਹੀਂ ਕਿ ਸਰ 2 ਮਹੀਨੇ ਚ ਬੈਚ ਸਾਰਾ ਸਿਲੇਬਸ ਨਿਬੇੜ ਦੋ ਇਹ ਪੋਸੀਬਲ ਨਹੀਂ ਹੁੰਦਾ ਬਈ ਪਤਾ ਨਹੀਂ ਕਿਹੜੇ ਆ ਜਿਹੜੇ 2 ਮਹੀਨੇ ਚ 3 ਮਹੀਨੇ ਚ ਸਾਰਾ ਸਿਲੇਬਸ ਨਬੇੜ ਦਿੰਦੇ ਆ ਪੋਸੀਬਲ ਹੀ ਨਹੀਂ ਹੈਗਾ ਠੀਕ ਹੈ ਹਾਂ ਦੀਪ ਸਰ ਦੀ ਕਲਾਸ ਹੈ ਜੀ 12:00 ਓਕੇ ਕੱਲ ਵਾਲੀ ਹਾਂ ਹੁਣ ਵੇਲਾ ਜੀ ਮੈਂ ਸ਼ਰਨ ਜੀ ਹੁਣ ਮੈਨੂੰ ਹੁਣ ਕੋਈ ਕੰਮ ਨਹੀਂ ਹੁਣ ਮੈਂ ਪਹਿਲਾਂ ਤਾਂ ਅੱਜ ਉਹ ਜੁੜੀ ਥੋੜੀ ਹੈਗੀ ਐ ਗਦਰ ਮੈਰਾਥਨ ਉਹ ਵੀ ਮਿਲ ਜੂਗੀ ਤੁਹਾਨੂੰ ਥੋੜੇ ਟਾਈਮ ਤੱਕ ਤਿੰਨ ਨਾਲ ਦੀ ਨਾਲ ਇਹ ਵੀ ਆਪਣਾ ਉਹ ਸਰ ਤੁਸੀਂ ਉਸ ਅਕੈਡਮੀ ਨਾਲ ਕੰਟੈਕਟ ਕਰੋ ਗੁਜਰਾਵਾਲਾ ਜੀ ਆਪਾਂ ਹੈਗੇ ਆਂ ਅਕੈਡਮੀ ਦੇ ਉੱਤੇ ਐਡ ਪ੍ਰੈਜ਼ੈਂਟ ਠੀਕ ਐ ਕੋਈ ਗੱਲ ਨਹੀਂ ਉਹ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ ਅਨਾਉਂਸਮੈਂਟ ਚ ਚੈੱਕ ਕਰ ਲਿਓ ਠੀਕ ਐ ਤੇ ਹਾਂ ਤੇ ਜੋ ਵੀ ਉਸ ਬੈਚ ਚ ਕਲਾਸਾਂ ਹੋਣਗੀਆਂ ਬਈ ਉਹ ਲਾਈਵ ਹੋਣਗੀਆਂ ਇਹ ਯਾਦ ਰੱਖਣਾ ਰਿਕਾਰਡਡ ਨਹੀਂ ਮਿਲਣਗੀਆਂ ਕੁਝ ਵੀ ਪ੍ਰੈਸ ਬਿਲਕੁਲ ਲਾਈਵ ਕਲਾਸ ਹੋਇਆ ਕਰੂਗੀ ਐਦਾਂ ਲੱਗਿਆ ਕਰੂਗਾ ਵੀ ਮੈਂ ਤੁਹਾਡੇ ਅੱਗੇ ਹੀ ਆ ਠੀਕ ਐ ਨਾ ਜੋ ਵੀ ਪੁੱਛਣਾ ਤੁਸੀਂ ਪੁੱਛ ਲਿਆ ਕਰੋ ਟੌਪਿਕ ਵਾਈਜ਼ ਕਲਾਸ ਹੋਏਗੀ ਓਕੇ ਚਲੋ ਠੀਕ ਐ ਜੀ ਓਕੇ ਹੁਣ ਫालतू ਗੱਲਾਂ ਨਹੀਂ ਕਰਦੇ ਸਾਰਟ। ਓਕੇ ਬਹੁਤ ਹੈ। ਠੀਕ ਹੈ। ਕੱਲ ਦੀ ਕਲਾਸ ਥੋੜੀ ਜਿਹੀ ਵੱਡੀ ਹੋਏਗੀ। ਹਸਤਾ ਕੁਐਸਚਨ ਘੱਟ ਸੀਗੇ। ਜਨਗਣਨਾ ਵਾਲੀ ਕਲਾਸ ਵਿੱਚੋਂ ਦੋ ਕੁਐਸਚਨ ਆਇਸ ਸਰ ਥੈਂਕ ਯੂ। ਓਕੇ ਅਭੀ ਅਭਿਸ਼ੇਕ ਖਨੀਆ ਜੀ ਠੀਕ ਹੈ। ਓਕੇ ਜੀ। ਚਲੋ ਫਿਰ। ਨੈਕਸਟ ਕਲਾਸ ਵਿੱਚ ਮਿਲਦੇ ਹਾਂ ਤੁਹਾਨੂੰ।